ਉਹ ਸੁੱਖ ਨਾਲ ਤੇਰੀ ਮਾਂ ਮਗਰ ਮਾੜਾ ਮੋਟਾ ਲੱਗ ਗਿਆ ਕਿਸੇ ਟਾਈਮ, ਪਰ ਸੁੱਖ ਦੇ ਦਿਲ ਦਿਮਾਗ 'ਚ ਕੋਈ ਇਹੋ ਜਿਹੀ ਗੱਲ ਨਹੀਂ ਪੁੱਤ ਕਿ ਤੂੰ ਪੜ੍ਹੀ ਲਿਖੀ ਹੈ, ਸਿਆਣੀ ਹੈ। ਐਡਾ ਕੀ ਗੁਨਾਹ ਕਰਤਾ ਯਾਰ ਮੈਂ, ਗਲਤੀ ਹੋ ਗਈ, ਬੰਦਿਆਂ 'ਤੇ ਹੁੰਦੀਆਂ ਨੇ ਗਲਤੀਆਂ, ਹੁਣ ਹੋਰ ਦੱਸ ਕੀ। ਨਾਲੇ ਜਿਹੜਾ ਪਛਤਾਵਾ ਪਛਤਾਵਾ ਨਾ ਮੈਨੂੰ ਇਸ ਗੱਲ ਦਾ ਨਹੀਂ ਵੀ ਮੈਂ ਗਲਤੀ ਕੀਤੀ ਹੈ, ਪਛਤਾਵਾ ਤਾਂ ਮੈਨੂੰ ਇਹ ਹੈ ਕਿ ਮੈਂ ਗਲਤ ਕਿਵੇਂ ਹੋ ਗਈ। ਹਰ ਚੀਜ਼ ਨੂੰ ਟਾਈਮ ਤਾਂ ਲੱਗਦਾ ਹੀ ਆ ਮਾਂ ਰਿਕਵਰ ਹੋਣ 'ਚ, ਇਹ ਵੀ ਕੋਈ ਛੋਟੀ ਗੱਲ ਥੋੜ੍ਹਾ ਸੀ, ਇੰਨੀ ਵੱਡੀ ਗੱਲ ਹੋ ਗਈ, ਹੁਣ ਥੋੜ੍ਹਾ ਟਾਈਮ ਤਾਂ ਲੱਗੂਗਾ। ਮੈਂ ਤਾਂ ਤੇਰੇ ਪੱਖ 'ਚ ਹੀ ਹਾਂ, ਜੇ ਤੂੰ ਮੇਰੀ ਮੰਨੇਗੀ ਨਾ ਸਾਨੂੰ ਤਾਂ ਤੇਰੀ ਉਂਗਲਾਂ 'ਤੇ ਨਚਾ ਦੂੰ ਮੈਂ, ਉੱਥੇ ਅੱਗੇ ਤੋਂ ਬਾਹਰ ਥਿਓ ਮਿੰਟੀ ਸਕਿੰਟੀ। ਸੁੱਖ ਪੁੱਤ ਆਹ ਤਾਂ ਤੈਂ ਬਾਹਲਾ ਸੋਹਣਾ ਕੰਮ ਕਰ ਲਿਆ ਕੋਠੀ ਪਾ ਕੇ, ਮੇਰਾ ਤਾਂ ਮਨ ਖੁਸ਼ ਹੋ ਗਿਆ ਤੇਰੀ ਕੋਠੀ ਦੇਖ ਕੇ। ਵਧੀਆ ਬਣ ਗਿਆ ਮੰਮੀ ਜੀ, ਪੂਰੀ ਸੋਹਣੀ ਕੋਠੀ ਆ ਭਾਈ। ਚੱਲ ਡੈਡੀ ਕਹਿੰਦੀ ਆ ਵੀ ਹੁਣ ਵੀ ਕਰਕੇ ਪਰਾਂ ਔਖਾ ਸੌਖਾ ਜਿਹਾ ਕਰਕੇ ਨਿਬੇੜਤਾ ਕੰਮ ਜਾ, ਹੁਣ ਤਾਂ ਇਹ ਵੀ ਚੱਲ ਜਿਹੜੀ ਚੀਜ਼ ਆ ਵੀ ਟਾਈਮ ਨਾਲ ਬਣ ਜੇ ਵਧੀਆ। ਨਾਲੇ ਤੁਸੀਂ ਐਤਕੀ ਇਕੱਲੇ ਕਿਵੇਂ ਆ ਗਏ, ਮਾਮਾ ਜੀ ਨਹੀਂ ਆਏ ਗਏ ਨਾਲ? ਪੁੱਤ ਇਕੱਲੀ ਤਾਂ ਮੈਂ ਆ ਗਈ, ਮੇਰਾ ਮਨ ਜਾ ਬਾਹਲਾ ਦੁਖੀ ਸੀ। ਲੈ ਦੱਸ ਇਹੋ ਜਿਹਾ ਕੀ ਹੋ ਗਿਆ? ਪੁੱਤ ਤੂੰ ਸਿਆਣਾ ਹੈ ਪੜ੍ਹਿਆ ਲਿਖਿਆ, ਪਰ ਜਿਹੜਾ ਕੁਛ ਤੁਹਾਡੇ ਘਰ 'ਚ ਹੋ ਰਿਹਾ ਮੈਨੂੰ ਨਹੀਂ ਚੰਗਾ ਲੱਗਦਾ। ਤੇਰੀ ਮਾਂ ਦੇ ਥੱਪੜ ਮਾਰਿਆ ਤੇਰੀ ਮਾਸੀ ਨੇ, ਕੋਈ ਚੰਗੀ ਗੱਲ ਹੈ ਇਹ? ਉਹ ਫਿਰ ਗਲਤੀਆਂ ਵੀ ਮੇਰੀ ਮਾਂ ਹੀ ਕਰਦੀ ਹੈ ਮਾਮੀ, ਹੁਣ ਮੈਂ ਦੱਸ ਕੀ ਸਮਝਾਵਾਂ, ਹੁਣ ਜਿਹੋ ਜਿਹਾ ਕਰੋਂਗੇ ਉਹੋ ਜਿਹਾ ਭੋਗਣਾ ਤਾਂ ਪਊਗਾ ਹੀ। ਪੁੱਤ ਮਾੜਾ ਮੋਟਾ ਤੂੰ ਵੀ ਸੋਚ ਕੇ ਦੇਖ, ਇਹ ਥੱਪੜ ਵੱਜਿਆ ਕਿਹਦੇ ਕਰਕੇ ਹੈ? ਐਡੀ ਵੱਡੀ ਤਾਂ ਗਲਤੀ ਕੋਈ ਹੈ ਵੀ ਨਹੀਂ, ਚੱਲ ਹੋ ਵੀ ਜਾਂਦੀ ਹੈ, ਕੋਈ ਖਾਸ ਗੱਲ ਨਹੀਂ। ਚਲ ਉਹ ਤਾਂ ਉਹਨਾਂ ਦੀ ਭੈਣਾਂ ਭੈਣਾਂ ਦੀ ਗੱਲ ਹੈ, ਹੁਣ ਉਹ ਵੱਡੀ ਸੀ ਉਹਨੇ ਤਾਂ ਮਾਰਤਾ, ਫਿਰ ਕੀ ਹੋ ਗਿਆ ਦੱਸ ਇਹਦੇ ਵਿੱਚ? ਹੁਣ ਨਾ ਮੇਰੇ ਕਿੱਥੇ ਤਾਂ ਮੇਰੀ ਮਾਂ ਨੂੰ ਸੋਚਣਾ ਚਾਹੀਦਾ ਇਹੋ ਜਿਹੀਆਂ ਗੱਲਾਂ ਕਰਨ ਤੋਂ ਪਹਿਲਾਂ, ਕਿੱਥੇ ਉਹ ਬਸ ਹੁਣ ਕੀ ਕਹਾਂ ਮੈਂ। ਪੁੱਤ ਜੇ ਭੈਣਾਂ ਭੈਣਾਂ ਦੀ ਗੱਲ ਹੁੰਦੀ ਤਾਂ ਮੈਨੂੰ ਭੋਰਾ ਗੁੱਸਾ ਨਹੀਂ ਸੀ, ਭਾਵੇਂ ਜਿਵੇਂ ਮਰਜ਼ੀ ਜੂੰਡੋ ਜੂੰਡੀ ਹੋ ਜਾਂਦੀਆਂ। ਤੈਨੂੰ ਪੁੱਤ ਹਜੇ ਪਤਾ ਨਹੀਂ, ਤੂੰ ਨਿਆਣਾ ਇਹ ਗੱਲਾਂ 'ਚ, ਇਹ ਸਾਨੂੰ ਪਤਾ ਕਿੱਥੋਂ ਦੀ ਗੱਲ ਛਿੜ ਕੇ ਕਿੱਥੇ ਜਾਂਦੀ ਆ। ਉਹ ਮਾਮੀ ਜੀਤਾਂ ਨੇ ਕੁਛ ਨਹੀਂ ਕਿਹਾ ਹੈਗਾ, ਉਲਟਾ ਮਾਂ ਨੇ ਬਥੇਰਾ ਕੁਛ ਉੱਥੇ ਕਿਹਾ ਉਹਨੂੰ, ਇੰਨਾ ਕੁਛ ਉਹਨੂੰ ਕਹਿਤਾ, ਸ਼ੁਕਰ ਕਰ ਉਹ ਹਾਲੇ ਵੀ ਇੱਥੇ ਹੈਗੀ ਹੈ, ਜੇ ਕੋਈ ਹੋਰ ਹੁੰਦੀ ਦੇਖ ਕੇ ਤਲਾਕ ਸਾਈਡ 'ਤੇ ਹੋ ਜਾਂਦੀ। ਵੇ ਵੀਰ ਆਖਿਰ ਜੀਤਾਂ ਨੇ ਕੁਛ ਨਹੀਂ ਕਿਹਾ, ਜੀਤਾਂ ਕਰਕੇ ਤਾਂ ਬਹੁਤ ਕੁਛ ਹੋ ਰਿਹਾ, ਨਾਲੇ ਜਿਹੜੀਆਂ ਚਾਲਾਂ ਉਹ ਚੱਲਦੀ ਹੈ ਨਾ, ਪੱਗ ਦੀ ਬੱਛੀ ਨਖੇੜ ਕੇ ਰੱਖ ਲੂਗੀ ਫਿਰ ਝਾਕੇਗਾ ਆਲੇ ਦੁਆਲੇ। ਹੁਣ ਮਾਮੀ ਉਹਨੇ ਕੀ ਚਾਲਾਂ ਚੱਲਤੀਆਂ? ਉਹ ਚੰਗੇ ਭਲਾ ਆਪਦੀ ਡਿਊਟੀ ਜਾਂਦੀ ਹੈ, ਡਿਊਟੀ ਤੋਂ ਘਰ ਆਉਂਦੀ ਹੈ, ਰੋਟੀ ਪਾਣੀ ਖਾਂਦੀ ਹੈ, ਬਣਾਉਂਦੀ ਹੈ, ਸਾਰਿਆਂ ਦਾ ਸਾਰਾ ਕੁਛ ਕਰਦੀ ਹੈ, ਹੁਣ ਹੋਰ ਕੀ ਕਰਦੇ ਭਲਾ ਦੱਸ? ਉਹ ਪੰਗਾ ਤਾਂ ਇਹੀ ਹੈ, ਡਿਊਟੀ 'ਤੇ ਅੱਡੋ ਅੱਡੀ ਜਾਂਦੇ ਹੋ, ਤੂੰ ਕਦੇ ਐਂ ਗੌਰ ਕੀਤੀ ਹੈ ਉਹਦਾ ਫੋਨ ਕਿੰਨਾ ਬਿਜੀ ਆਉਂਦਾ? ਕਿਸੇ ਟਾਈਮ ਤਾਂ ਫੋਨ ਮੂਹਰੇ ਵਿਹਲਾ ਹੋਵੇ, ਕਿਸੇ ਟਾਈਮ ਕਦੋਂ ਮਰਜ਼ੀ ਲਾ ਲਈਏ। ਉਹੀ ਛੋਟੀ ਸੋਚ ਤੁਹਾਡੀ, ਹੁਣ ਸਾਰਾ ਦਿਨ ਅਰਲੀ ਜੌਬ ਕਰਦੀ ਹੈ, ਬਾਹਰ ਅੰਦਰ 100 ਫੋਨ ਆਉਂਦੇ ਨੇ ਮਾਮੀ, ਇਹਦੇ ਨਾਲ ਕੀ ਹੋ ਜਾਂਦਾ ਦੱਸ? ਕੋਈ ਗੱਲ ਹੈ ਪਹਿਲਾਂ ਇਹ ਦੱਸ। ਚੱਲ ਮੰਨਿਆ ਠੀਕ ਹੈ, ਜੌਬ ਕਰਦੀ ਹੈ, ਫੋਨ ਉਹਨੂੰ ਬਾਹਲੇ ਆਉਂਦੇ ਆ, ਕਿਉਂ ਭਾਈ ਰਿਸ਼ਤੇਦਾਰਾਂ ਦੇ ਫੋਨ ਦਾ ਪਤਾ ਨਹੀਂ ਵੀ ਫੋਨ ਆਏ ਮੈਂ ਵਾਪਸ ਲਾ ਲਾਂ, ਸਾਡੇ ਖਾਤਰ ਇੰਨਾ ਵੀ ਟਾਈਮ ਨਹੀਂ। ਨਾਲੇ ਵੀਰ ਉਦੋਂ ਝਾਕੇਗਾ ਤੂੰ ਜਮਾਂ ਜਦੋਂ ਘਰ ਉੱਜੜ ਗਿਆ, ਇਹ ਅੱਜ ਕੱਲ੍ਹ ਦੀਆਂ ਪਤਾ ਨਹੀਂ ਲੱਗਦਾ ਕੀ ਕਾਰੇ ਕਰਦੀਆਂ ਨੇ। ਐਵੇਂ ਨਾ ਤੂੰ ਟੈਨਸ਼ਨ ਨਾ ਲੈ ਮੰਮੀ, ਕੁਛ ਨਹੀਂ ਹੁੰਦਾ ਹੈਗਾ, ਇਹੋ ਜਿਹੀਆਂ ਕੋਈ ਗੱਲਾਂ ਨਹੀਂ ਹੈਗੀਆਂ, ਤੁਸੀਂ ਆਪਦੇ ਦਿਮਾਗ 'ਚੋਂ ਨਾ ਜਿਹੜਾ ਗੰਦ ਭਰਿਆ ਪਿਆ ਇਹਨੂੰ ਕੱਢ ਕੇ ਰੱਖਿਆ ਕਰੋ ਬਾਹਰ, ਫਿਰ ਘਰ ਵੱਸਦੇ ਨੇ, ਐਵੇਂ ਮਾੜੀਆਂ ਮਾੜੀਆਂ ਗੱਲਾਂ 'ਤੇ ਤੁਸੀਂ ਪਾਟਕ ਪਾਈ ਜਾਂਦੀ ਹੋ। ਆ ਹੁਣ ਹੀ ਲੱਗਦੇ ਆ ਭਾਈ ਤੈਨੂੰ ਪਾਟਕਾ, ਨਾਲੇ ਫਿਰ ਇਹੀ ਗੱਲ ਕੋਲ ਬੈਠ ਕੇ ਕਹੇਗਾ ਹਾਂ ਮਾਮੀ ਉਦੋਂ ਤੁਸੀਂ ਸਮਝਾਉਂਦੇ ਸੀ ਮੈਂ ਹੀ ਨਹੀਂ ਸਮਝਿਆ। ਚੱਲ ਕੋਈ ਨਾ, ਮੈਂ ਆਪਦਾ ਘਰ ਦਾ ਆਪੇ ਦੇਖ ਲੂੰਗਾ, ਤੁਸੀਂ ਆਪਦੀ ਟੈਨਸ਼ਨ ਰੱਖੋ।
ਮਾਲਤਾ ਕਾਕੇ ਨੇ ਇੱਕ ਨੰਬਰ ਦਿੱਤਾ। ਬੇ ਕਿਵੇਂ ਆ ਸਰਪੰਚਾ? ਓਹੋ ਆ ਚਾਚੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਚੀ। ਬੇ ਮੈਂ ਤਾਂ ਠੀਕ ਹਾਂ ਭਾਈ, ਤੂੰ ਦੱਸ ਕਿੱਧਰ ਰਹਿਣਾ ਅੱਜ ਕੱਲ੍ਹ? ਡੁੱਬ ਜਾਣਿਆ, ਤੇਰੇ ਬਿਨਾਂ ਤਾਂ ਸਾਰੇ ਪਿੰਡ ਦੀ ਰੌਣਕੇ ਖਤਮ ਹੋ ਗਈ ਸੀ। ਉਹ ਤੈਨੂੰ ਪਤਾ ਚਾਚੀ, ਆ ਜਦੋਂ ਸਰਪੰਚੀ ਵਾਲੇ ਲੈਣ 'ਚ ਵੜ ਜਾਈਏ ਨਾ ਤਾਂ ਮਾੜਾ ਮੋਟਾ ਕੋਈ ਕਾਂਡ ਖੂੰਡ ਤਾਂ ਹੋ ਹੀ ਜਾਂਦਾ। ਉਹ ਬਸ ਐਵੇਂ ਕੋਈ ਗੱਲ ਜਿਹੀ ਹੋ ਗਈ ਤੀ, ਹੁਣ ਫਿਰ ਮੈਂ ਜ਼ਮਾਨਤ 'ਤੇ ਆ ਗਿਆ। ਅੱਛਾ ਅੱਛਾ, ਤੇਰੇ 'ਤੇ ਕੇਸ ਪੈ ਗਿਆ ਕੋਈ? ਛੋਟੇ ਮੋਟੇ ਕੇਸ ਤਾਂ ਪੈਂਦੇ ਰਹਿੰਦੇ ਨੇ। ਨਾਲੇ ਚਾਚੀ ਮੈਂ ਉੱਡਦੀ ਉੱਡਦੀ ਗੱਲ ਸੁਣੀ ਹੈ, ਤੇਰੇ ਥਾਪੜਾ ਬੜਾ ਸੋਹਣਾ ਪਿਆ ਹੈਗਾ, ਹੈਂ ਗਲੀ ਗਲੀ ਗੱਲ ਚੱਲਦੀ ਹੈ ਤੇਰੇ ਬਾਰੇ। ਥਾਪੜਾ ਕੀ ਗੱਲ ਹੋਈ ਹੈ? ਬੇ ਮੇਰੇ ਕੌਣ ਥਾਪੜਾ ਮਾਰਜੂ, ਮੈਂ ਤਾਂ ਇੱਕ ਥਾਪੜੇ ਦਾ ਜਵਾਬ ਚਾਰ ਥਾਪੜਿਆਂ ਨਾਲ ਦਿੰਦੀ ਹਾਂ। ਸ਼ੇਰ ਦੀ ਖੱਲ ਪਾ ਕੇ ਚਾਚੀ ਗਿੱਦੜ ਕਦੇ ਸ਼ੇਰ ਨਹੀਂ ਬਣਦਾ ਹੁੰਦਾ। ਆ ਪਟਵਾਰ ਨੇ ਤੇਰੀ ਗੋਡਣੀ ਲਵਾਈ ਦਿੱਤੀ, ਨਾਲੇ ਹੁਣ ਤੇਰੀ ਪਹਿਲਾਂ ਵਾਲੀ ਗੱਲ ਜੀ ਰਹੀ ਨਹੀਂ ਚਾਚੀ। ਬੇ ਤੂੰ ਛੱਡ, ਕਿਹੜੀਆਂ ਗੱਲਾਂ 'ਤੇ ਆਇਆ ਪਿਆ, ਤੂੰ ਹੁਣ ਪਿਛਲੀ ਗੱਲ ਯਾਦ ਕਰ। ਇੱਕ ਸਮੇਂ ਤੂੰ ਆਇਆ ਸੀ ਮੇਰੇ ਕੋਲ ਫਾਈਲ 'ਤੇ ਸਾਈਨ ਕਰਾਉਣ ਦੇ, ਜਿੰਨੇ ਮਰਜ਼ੀ ਪੈਸੇ ਮੰਗ ਲੈ ਕਿਹਾ ਸੀ ਨਾ ਤੈਂ, ਪਰ ਮੇਰੇ ਨਾਲ ਵੀ ਬੁਰੀ ਬਣ ਗਈ। ਹੁਣ ਮੈਂ ਤੇਰੇ ਕੋਲ ਆਈ ਹਾਂ ਚੱਲ ਕੇ, ਤੂੰ ਹੀ ਕਰ ਸਕਦਾ ਮੇਰਾ ਇਹ ਕੰਮ। ਕੰਮ? ਕਿਹੜਾ ਕੰਮ ਚਾਚੀ? ਬੇ ਠੰਡ ਰੱਖ, ਕੰਮ ਵੀ ਦੱਸ ਦਿੰਦੀ ਹਾਂ। ਦੇਖ ਸਰਪੰਚਾ, ਤੇਰੇ ਕੋਲ ਆਈ ਹਾਂ ਮੈਂ ਯਕੀਨ ਕਰਕੇ, ਗੱਲ ਆਪਣੇ ਦੋਨਾਂ ਦੇ ਵਿੱਚ ਰਹਿਣੀ ਚਾਹੀਦੀ ਹੈ। ਸਿਰ ਚੜ੍ਹ ਕੇ ਬੋਲ, ਕੀ ਕਹਿਣਾ ਚਾਚੀ? ਗੱਲ ਸੁਣ ਲਾ ਮੇਰੀ, ਆ ਜਿਹੜੀ ਪਟਵਾਰ ਨੇ ਨਾ ਤੇਰੀ ਨੂੰ, ਹਾਂ ਇਹਨੇ ਸਾਰੇ ਪਿੰਡ 'ਚ ਮੇਰੀ ਥੂ ਥੂ ਕਰਵਾ ਕੇ ਰੱਖਤੀ। ਹੁਣ ਦੇਖ ਪੁੱਤਰਾ, ਇੱਕੋ ਹੀ ਕੰਮ ਹੈ ਜੋ ਤੂੰ ਕਰੇਗਾ, ਇਹਨੂੰ ਨੌਕਰੀ ਤੋਂ ਕਢਵਾਉਣਾ ਹੈ, ਨੌਕਰੀ ਤੋਂ, ਉਹ ਵੀ ਪੂਰੀ ਬੇਇੱਜ਼ਤੀ ਦੇ ਨਾਲ, ਅਤੇ ਘਰੋਂ ਘਰੋਂ ਇਹਨੂੰ ਮੈਂ ਕੱਢੂੰਗੀ ਮੈਂ। ਕੀਮਤ ਮੰਗ, ਕੀ ਕੀਮਤ ਹੈ ਤੇਰੀ? ਚਾਚੀ ਤੂੰ ਮੇਰੀ ਕੀਮਤ ਲਾਏਂਗੀ? ਜਦੋਂ ਮੈਂ ਤੇਰੇ ਕੋਲ ਕੰਮ ਗਿਆ ਸੀ ਉਦੋਂ ਤੂੰ ਨਹੀਂ ਆਪਦੇ ਪੈਰਾਂ 'ਤੇ ਪਾਣੀ ਪੀਣ ਦਿੱਤਾ, ਪਰ ਹੁਣ ਮੈਂ ਕਿਵੇਂ ਪੈਣ ਦੇ ਦੂੰਗਾ? ਬੇ ਛੱਡ ਪਿਛਲੀਆਂ ਗੱਲਾਂ ਨੂੰ, ਉਹ ਤਾਂ ਗਈ ਗੰਗਾ, ਗਏ ਫੁੱਲ ਕਦੇ ਮੁੜੇ ਨਹੀਂ ਹੁੰਦੇ। ਨਾਲੇ ਮੈਂ ਤਾਂ ਬਥੇਰਾ ਜ਼ੋਰ ਲਾਇਆ ਸੀ ਉਦੋਂ ਕੰਮ ਵਾਸਤੇ ਤੇਰੇ ਵਾਸਤੇ, ਆ ਪਟਵਾਰ ਨਾ ਇਹਨੇ ਨਹੀਂ ਪੈਰ 'ਤੇ ਪਾਣੀ ਪੈਣ ਦਿੱਤਾ, ਉੱਤੋਂ ਆ ਤੇਰਾ ਚਾਚਾ ਜਿਹਦੇ ਸਿਰ 'ਤੇ ਇਮਾਨਦਾਰੀ ਦਾ ਭੂਤ ਸਵਾਰ ਸੀ, ਇਹ ਵੀ ਝੰਡਾ ਚੱਕ ਕੇ ਉਹਦੇ ਮੰਗਰੀ ਤੁਰ ਪਿਆ। ਹੁਣ ਦੇਖ ਪੁੱਤਰਾ, ਹੁਣ ਗੱਲ ਤੇਰੀ ਅਤੇ ਮੇਰੀ ਹੈ, ਤੂੰ ਖਰਾ ਉਤਰਦਾ ਮੇਰੀ ਇਸ ਕੰਮ 'ਤੇ, ਅਤੇ ਮੈਂ ਖਰੀ ਉਤਰੂ ਤੇਰੀ ਕੀਮਤ 'ਤੇ, ਮੂੰਹ ਮੰਗੀ ਕੀਮਤ ਮਿਲੂਗੀ ਤੈਨੂੰ ਇਸ ਕੰਮ ਦੀ। ਦੇਖ ਚਾਚੀ, ਵੈਸੇ ਤਾਂ ਮੈਂ ਇਹੋ ਜਿਹੇ ਕੰਮ ਕਰਦਾ ਨਹੀਂ, ਹਰ ਰਹੀ ਗੱਲ ਤੂੰ ਪੈਸੇ ਦੀ ਗੱਲ ਕਹਿੰਦੀ ਹੈ, ਪੈਸਾ ਤਾਂ ਜੇ ਮੈਂ ਇੱਕ ਰਾਜਸਥਾਨ ਗੇੜਾ ਲਾ ਦਾ ਨਾ ਮੈਂ ਪੈਸੇ ਹੀ ਪੈਸੇ ਕਰ ਦੂੰ, ਪਰ ਰਹੀ ਗੱਲ ਆ ਤੇਰੇ ਕੰਮ ਦੀ, ਜਾ ਚਾਚੀ ਤੈਨੂੰ ਪੈਸੇ ਵੀ ਛੱਡੇ, ਇਹ ਕੰਮ ਤਾਂ ਮੈਂ ਤੇਰਾ ਫ੍ਰੀ 'ਚ ਵੀ ਕਰ ਦੂੰਗਾ। ਬਸ ਕਿਰਾਂ ਸਾਲਾ ਮੈਨੂੰ ਟਾਈਮ ਜਾ ਮਿਲੇ,
ਕੋਈ ਨਾ ਕੋਈ ਬਹਾਨਾ ਦੇਖ ਕੇ ਤੇਰਾ ਕੰਮ ਕਰ ਦਾਂਗੇ ਚਾਚੀ। ਬਹਾਨੇ ਤਾਂ ਬਹੁਤ ਨੇ ਸਰਪੰਚ ਆ ਤੇਰੇ ਕੋਲੇ, ਤੇਰਾ ਕਿਹੜਾ ਕੋਈ ਕੰਮ ਉਹਨੇ ਸਿਰੇ ਚੜ੍ਹਨ ਦਿੱਤਾ? ਤਾਂ ਹੀ ਕਹਿੰਦਾ ਚਾਚੀ, ਬਥੇਰੀਆਂ ਲੀਕਾਂ ਕਢਵਾਈਆਂ ਨੇ ਚਾਚੇ ਉਹਨੇ ਮੇਰੀਆਂ, ਅਤੇ ਹੁਣ ਮੈਂ ਕੀ ਕਰਦਾ? ਤੂੰ ਅੱਗੇ ਅੱਗੇ ਦੇਖਦੀ ਜਾ। ਸਰਪੰਚ ਆ, ਤਾਂ ਹੀ ਤਾਂ ਮੈਂ ਤੈਨੂੰ ਚੁਣਿਆ ਇਸ ਪਿੰਡ 'ਚੋਂ। ਪਿੰਡ ਤਾਂ ਹੋਰ ਬਥੇਰੇ ਵੱਸਦੇ ਨੇ, ਪਰ ਮੈਨੂੰ ਪਤਾ ਸੀ ਵੀ ਜੇ ਇਹ ਕੜਾਹੇ 'ਚੋਂ ਚੌਲ ਚੁਗੂਗਾ ਤਾਂ ਇਕੱਲਾ ਸਰਪੰਚ ਚੁਗੂਗਾ। ਲੈ ਪੁੱਤਰਾ, ਹੁਣ ਫਿਰ ਖਿਆਲ ਰੱਖੀ, ਗੱਲ ਭੁੱਲ ਨਾ ਜਾਈ। ਕੋਈ ਨਾ ਚਾਚੀ, ਮੇਰੀ ਤੇਰੇ ਨਾਲ ਜਵਾਨ ਆ, ਤੇਰਾ ਕੰਮ ਮੈਂ ਪੱਕਾ ਕਰਕੇ ਹਟੂੰਗਾ। ਚੱਲ ਵਧੀਆ, ਕਣਕ ਜਿਹੜਾ ਨਿਬੜ ਗਿਆ ਨਾ ਬਾਪੂ, ਪੁੱਤੇ ਦਾ ਟਾਈਮ ਨਾਲ ਹੀ ਨਿਬੜ ਗਿਆ ਮੀਂਹ ਗਣੀ ਤੋਂ। ਤੂੰ ਨੀਰਾ ਨੂਰਾ ਜਿਹਾ ਦੇਖ ਕੇ ਕਰਵਾ ਲਈ, ਪੈਸਿਆਂ ਦੀ ਵੱਧ ਘੱਟ ਦਾ ਨਾ ਕਿਤੇ ਟੈਨਸ਼ਨ ਲੈਣ ਖੜ ਜੀ, ਦੋ ਚਾਰ ਪੈਸੇ ਵੱਧ ਦੇ ਦਾਂ ਪਰੇ, ਐਵੇਂ ਉੱਥੇ ਨਿਬੜਦਾ ਹੋਊਗਾ ਕੰਮ ਜਿਹਾ। ਉਹ ਤਾਂ ਆਪ ਹੀ ਆਹਦਾ ਸੀ, ਆਹਦਾ ਮੈਨੂੰ ਦੇ ਦੇ, ਚਾਰ ਪੈਸੇ ਦੇਣੇ ਹੈ, ਮੈਂ ਆਪ ਹੀ ਕਰ ਦੂੰਗਾ, ਫਿਰ ਮੈਂ ਤਾਂ ਤੂੰ ਕਰਦੀ ਭਾਈ। ਹਾਂ, ਨਾਲੇ ਮਾਮੀ ਕਿੱਧਰੋਂ ਆ ਗਈ, ਅੱਗੇ ਤੱਕ ਅੱਗੇ ਪਿੱਛੇ ਆਈ ਨਹੀਂ ਕਦੇ। ਮਾਮੀ ਨੂੰ ਆਪਦੇ ਆਪਣੇ ਘਰ ਵਾਲੇ ਕਲੇਸ਼ ਦਾ ਪਤਾ ਲੱਗ ਗਿਆ ਹੋਣਾ, ਆਪਦਾ ਘਰ ਤਾਂ ਲੋਟ ਨਹੀਂ ਆਉਂਦਾ, ਹੁਣ ਇੱਥੇ ਉਹ ਸਵਾਦ ਲੈਣ ਆ ਗਈ। ਮਾਂ ਬਸ ਇਹੋ ਜਿਹੇ ਕੰਮ ਕਰਨ ਨੂੰ ਰਹਿੰਦੀ ਹੈ, ਆਪਦਾ ਤਮਾਸਾ ਦਿਖਾਉਣ ਨੂੰ ਰਹਿੰਦੀ ਹੈ। ਇਹਨੇ ਕਰਿਆ ਹੋਣਾ ਫੋਨ ਮਾਂ ਨੇ ਉਹਨੂੰ, ਬਿਨਾਂ ਫੋਨ ਤੋਂ ਤਾਂ ਨਹੀਂ ਆਈ, ਹੁਣ ਉੱਥੇ ਕਿਹੜਾ ਉਹਨੂੰ ਸੁਖਣਾ ਆ ਗਿਆ ਇਸ ਗੱਲ ਦਾ। ਹੁਣ ਉੱਥੇ 2 ਮਿੰਟ ਬੈਠੇ ਦੀ ਮੈਂ ਮਾਮੀ ਕੋਲ 100 ਗੱਲਾਂ ਸੁਣਾਈਆਂ, ਤੇਰੀ ਬਹੂ ਐਂ ਕਰਦੀ ਆ ਭਾਈ, ਤੇਰੀ ਬਹੂ ਨੇ ਐਂ ਕਰਾਤਾ ਭਾਈ, ਆਹ ਹੋ ਗਿਆ ਵਾਹ ਹੋ ਗਿਆ, ਦੱਸ ਮਾੜੀ ਮੋਟੀ ਕੋਈ ਚੰਗੀ ਰਾਇ ਤਾਂ, ਚੰਗੀ ਸਿੱਖਿਆ ਤਾਂ ਦੇਣੀ ਕੀ ਹੈ, ਉਲਟਾ ਪੁੱਠੇ ਹੀ ਬੋਲਦੀਆਂ ਨੇ ਆਖਿਰ। ਬੁੜੀਆਂ ਤਾਂ ਚੰਗੀ ਰਾਇ ਭਾਲਦਾ ਤੂੰ, ਇਸੇ ਕਰਕੇ ਤਾਂ ਮੈਂ ਤੁਹਾਨੂੰ ਕਹਿਣਾ ਵੀ ਤੁਸੀਂ ਆਪਦਾ ਸਬਾਕ ਰੱਖੋ, ਸੁਣ ਤਾਂ ਉਹਦੀਆਂ ਸਾਰੀਆਂ ਲਓ, ਕਰੋ ਤੁਸੀਂ ਆਪਦੀ ਮਰਜ਼ੀ। ਮੈਂ ਵੀ ਮਾਂ ਨੂੰ ਸਮਝਾ ਸਮਝਾ ਥੱਕ ਗਿਆ ਵੀ ਕਿਉਂ ਤੂੰ ਰਿਸ਼ਤੇਦਾਰਾਂ ਦੇ ਪਿੱਛੇ ਲੱਗਦੀ ਹੈ, ਕੌਣ ਸੁੱਖ ਦੀ ਰੋਟੀ ਖਾ ਕੇ ਦੇਖ ਕੇ ਰਾਜ਼ੀ ਆ? ਤੂੰ ਸਮਝਾਉਣ ਦੀ ਗੱਲ ਕਰਦਾ ਬਾਪੂ ਜੀ? ਹਾਂ ਪੁੱਤ, ਮੈਂ ਕਹਿੰਦੀ ਸੀ ਮੈਂ ਥੋੜੇ ਕੁ ਦਿਨ ਘਰੇ ਜਾਇਆ। ਹਾਂ ਪੁੱਤ, ਦੇਖ ਲਓ ਜਿਵੇਂ ਤੁਹਾਡੀ ਰਾਇ ਹੈ। ਹਾਂ ਕੋਈ ਗੱਲ ਨਹੀਂ, ਇਹ ਤਾਂ ਨਾ ਪੁੱਤ ਅੱਗ ਲਾਉਣ ਤੋਂ ਬਿਨਾਂ ਨਾ ਬੁੜੀਆਂ ਕੋਲ ਕੋਈ ਨਹੀਂ, ਗੱਲ ਹੀ ਨਹੀਂ ਹੋਰ, ਸਮਝ ਗਿਆ ਨਾ ਗੱਲ? ਇਹ ਤੁਸੀਂ ਤੁਹਾਡੀ ਆਪਦੀ ਸੋਚ ਹੈ, ਮੇਰੇ ਤਾਂ ਸਮਝ ਤੋਂ ਬਾਹਰ ਹੋਇਆ ਪਿਆ ਬਾਪੂ। ਮੈਂ ਤਾਂ ਐਂ ਜੀ ਕਰਦਾ ਵੀ ਘਰ ਛੱਡ ਕੇ ਭੱਜਾਂ ਮਰੇ। ਜੇ ਆਪਾਂ ਹੀ ਘਰ ਛੱਡ ਕੇ ਭੱਗ ਗਏ ਫਿਰ ਪੈਰ ਪੈਰਾਂ ਲਹੂਗਾ ਕਿਵੇਂ ਰੋਡ? ਹੈਂ, ਅਤੇ ਐਂ ਤਾਂ ਮੈਂ ਕਿੱਦਾਂ ਦਾ ਉੱਡ ਜਾਂਦਾ? ਮੈਂ ਉਸ ਨਾਲ ਮੁਕਾਬਲਾ ਕਰ ਰਿਹਾ ਹੁਣ ਤਾਂ ਹੀ, ਇੱਕ ਸਿਆਪਾ ਲੋਟ ਨਹੀਂ ਆਉਂਦਾ, ਦੂਜਾ ਖੜਾ ਹੋ ਜਾਂਦਾ। ਹੁਣ ਆ ਮਾਮੀ ਨੂੰ ਕਦੇ ਬੁਲਾਇਆ ਨਹੀਂ, ਕਰਿਆ ਨਹੀਂ, ਆ ਗਈ ਚੱਕ ਕੇ ਉਰੇ ਝੋਲਾ, ਉਲਟਾ ਹਾਲੇ ਪੈਸੇ ਮੰਗਦੇ। ਪਤਾ ਨਹੀਂ ਮੰਮੀ ਕਹਿੰਦੀ ਕਹਿੰਦੀ ਪੈਸੇ ਦੇਣੇ ਨੇ ਇਹਨੂੰ, ਦੱਸ ਪੈਸੇ ਦੱਸ ਅਸੀਂ ਕਿੱਥੋਂ ਦੇ ਦਈਏ, ਅਸੀਂ ਤਾਂ ਆਪ ਚੱਕ ਕੇ ਵਿਆਜ 'ਤੇ ਕੋਠੀ ਪੂਰੀ ਕਰਾ ਰਹੇ ਹਾਂ। ਪੈਸਿਆਂ ਦੀ ਗੱਲਬਾਤ ਤਾਂ ਮੈਂ ਆਪੇ ਉਹਨੂੰ ਕਹਿ ਸੁਣ ਲੂੰਗਾ, ਜਿਹੜੀ ਗੱਲ ਤੈਨੂੰ ਮੈਂ ਦੱਸਦਾ ਨਾ ਵੀ ਤੁਸੀਂ ਆਪਦੇ ਹਿਸਾਬ ਨਾਲ ਚੱਲੋ, ਕਿਸੇ ਦੇ ਮਗਰ ਨਾ ਲੱਗੋ, ਆਪਣਾ ਫੇਰ ਹੀ ਫਾਇਦਾ। ਚੱਲ ਕੋਈ ਨਹੀਂ, ਤੁਸੀਂ ਬੈਠੋ, ਮੈਂ ਜਾਣਾ ਡਿਊਟੀ ਨੂੰ। ਕਿਹਨੂੰ ਸਮਝਾਈਏ, ਇੱਕ ਆ ਜਾਂਦੀ ਹੈ ਬੁੜੀ, ਇੱਕ ਵਗ ਜਾਂਦੀ ਹੈ, ਇਹ ਨਵੀਆਂ ਗੱਲਾਂ ਇਹ ਲੈ ਲੈ ਕੇ ਆਉਂਦੀ ਹੈ ਬਾਹਰੋਂ, ਪਤਾ ਨਹੀਂ ਕੀ ਤਾਂ ਕਰਦੀ ਹੈ ਕੀ ਨਹੀਂ ਕਰਦੀ। ਵੀ ਤੂੰ ਆਪਦੇ ਘਰ ਪੱਟੀ ਜਾਂਦੀ ਹੈ, ਤੂੰ ਐਂ ਸੋਚ ਵੀ ਜੇ ਸਿਆਣੀ ਹੈ ਸਭ ਤੋਂ ਵੱਡੀ ਹੈ ਘਰ 'ਚ, ਤੂੰ ਸਮਝਾ ਕਿਸੇ ਨੂੰ, ਸਮਝਾਉਣਾ ਤਾਂ ਕੀ ਸੀ, ਸਮਾਂ ਅੱਗ ਲਾਉਂਦੀ ਹੈ ਜਿੰਨੀ ਲਾ ਸਕਦੀ ਹੈ। ਛੱਡ ਦੇ ਹੁਣ ਜਿੱਦਾਂ, ਕਿੰਨਾ ਕੁ ਟਾਈਮ ਇਸੇ ਗੁੱਸੇ ਨੂੰ ਅੱਗੇ ਨਾਲ ਲਈ ਕਰੀਏਗੀ?
ਨਿੱਕੀਆਂ ਨਿੱਕੀਆਂ ਗੱਲਾਂ ਨਾਲ ਬਹੁਤ ਵੱਡੇ ਫਰਕ ਪੈ ਜਾਂਦੇ ਨੇ ਤੇ ਜੇ ਇਹ ਇੱਕ ਵਾਰ ਫਰਕ ਪੈ ਗਿਆ ਨਾ ਮੁੜ ਕੇ ਉਹ ਗੱਲਾਂ ਨਹੀਂ ਬਣਦੀਆਂ। ਫਰਕ ਤਾਂ ਪੈ ਗਿਆ ਸੀ ਯਾਰ, ਹੁਣ ਕੀ ਫਰਕ ਪੈ ਗਿਆ? ਮੈਂ ਤੈਨੂੰ 20 ਵਾਰ ਤੋਂ ਸੌਰੀ ਮੰਗ ਲਈ, ਹੁਣ ਹੋਰ ਦੱਸ ਕੀ ਕਰਦਾ ਮੈਂ? ਤੈਨੂੰ ਜਦੋਂ 20 ਵਾਰ ਕਹਿਤਾ ਵੀ ਮੈਂ ਤੇਰੇ ਗਲਤੀ ਹੋਊਗੀ, ਮੈਂ ਤੇਰੇ ਗਲਤੀ ਹੋਊਗੀ, ਤੂੰ ਮੇਰੀ ਗੱਲ ਨਹੀਂ ਸੁਣਦੀ ਯਾਰ। ਹੱਦ ਹੈ ਯਾਰ, ਬੰਦਿਆਂ ਤੋਂ ਵੀ ਗਲਤੀਆਂ ਹੁੰਦੀਆਂ ਨੇ। ਤੈਨੂੰ ਕੀ ਹੋਇਆ? ਚੰਗਾ ਭਲਾ ਇੱਥੇ ਸਾਰਾ ਕੁਛ ਹੈਗਾ, ਪਹਿਲਾਂ ਹੁਣ ਇੱਥੇ 100 ਤਰ੍ਹਾਂ ਦੀਆਂ ਗੱਲਾਂ ਚੱਲਦੀਆਂ, ਹੁਣ ਹੋਰ ਹੋ ਜਾਣਗੀਆਂ। ਉੱਤੋਂ ਮਾਮੀ ਆ ਕੇ ਬੈਠ ਗਈ, ਉਹ 100-100 ਲੁੱਤੀਆਂ ਲਾਉਂਦੀ ਹੈ। ਮੈਂ ਕਿਸੇ ਗੱਲ ਤੇ ਅਸਰ ਨਹੀਂ ਕਰਦਾ, ਮੇਰੇ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਬਾਬਾ ਗੁਰੂ, ਆ ਛੱਡ ਦੇ ਗੁੱਸਾ ਗਿਲਾ ਜਾ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਹੁਣ ਫੇਰ ਕਹਿ ਰਹੀ ਆ, ਮੇਰੇ ਨਾਲ ਹੁਣ ਤੁਸੀਂ ਗੱਲ ਨਾ ਕਰਿਆ ਕਰੋ, ਬਸ ਕੰਮ ਹੁੰਦਾ ਮੈਨੂੰ ਬੁਲਾਇਆ ਕਰੋ, ਨਹੀਂ ਤਾਂ ਮੇਰਾ ਦਿਲ ਨਹੀਂ ਕਰਦਾ ਹੁਣ ਬਸ। ਪੁੱਤ ਤੂੰ ਡਿਊਟੀ 'ਤੇ ਨਹੀਂ ਗਈ? ਮੈਂ ਅੱਜ ਕੰਮ ਸੀਗਾ ਘਰੇ, ਤਾਂ ਨਹੀਂ ਛੁੱਟੀ ਲਈ ਹੋਈ ਆ। ਅੱਛਾ, ਸੁੱਖ ਵੱਗ ਗਿਆ? ਉਹ ਹੁਣੀ ਮੇਰੇ ਖਿਆਲ ਚਲੇ ਗਏ। ਹਾਂਜੀ, ਘਰੇ ਤਾਂ ਹੈ ਨਹੀਂ ਗੇ। ਅੱਛਾ, ਆ ਜਾਓ ਤੁਸੀਂ, ਮੈਂ ਚਾਹ ਬਣਾਉਂਦੀ ਹਾਂ ਮਾਮੀ ਜੀ। ਚਾਹ ਦੀ ਤਾਂ ਖੈਰ ਹੈ ਧੀਏ। ਹਾਂਜੀ, ਮੈਨੂੰ ਤਾਂ ਨਾ ਤੇਰੇ 'ਤੇ ਬਾਹਲਾ ਹੀ ਤਰਸ ਆਉਂਦਾ। ਕੀ ਹੋ ਗਿਆ ਮਾਮੀ? ਤੇਰੇ 'ਤੇ ਮੈਨੂੰ ਪੁੱਤ ਬਾਹਲਾ ਹੀ ਤਰਸ ਆਉਂਦਾ। ਹਾਏ ਹਾਏ, ਜੇ ਕਿਤੇ ਤੂੰ ਮੇਰੀ ਨੂੰਹ ਹੁੰਦੀ, ਮੈਂ ਤਾਂ ਸੱਚੀ ਸਹੁੰ ਪਰਮਾਤਮਾ ਦੀ ਤੈਨੂੰ ਹੱਥਾਂ 'ਤੇ ਚੋਗ ਚਗਾਇਆ ਕਰਦੀ। ਅਤੇ ਹੁਣ ਵੀ ਤਾਂ ਤੁਹਾਡੀ ਨੂੰਹ ਆ ਮਾਮੀ ਜੀ। ਪੁੱਤ ਹੁਣ ਮੇਰੀ ਨਣਦ ਦੀ ਨੂੰਹ ਹੈ, ਮੇਰੀ ਨਹੀਂ। ਨਾਲੇ ਮੈਂ ਤਾਂ ਆਪਦੇ ਪੁੱਤ ਨੂੰ ਐਂ ਕਿਹਾ ਕਰਦੀ ਵੀ ਪੁੱਤ ਪਟਵਾਰਨ ਲੱਗੀ ਹੈ ਮੇਰੀ ਨੂੰਹ, ਦੇਖੀ ਕਿਤੇ ਹੱਥਾਂ ਨੂੰ ਮੈਲ ਨਾ ਲੱਗ ਜੇ। ਆ ਪੁੱਤ ਮੇਰੀ ਨਣਦ ਦੇ ਸੁਭਾਅ ਦਾ ਮੈਨੂੰ ਪਤਾ, ਰਿੱਗੜ ਹੈ, ਕੰਮ ਕਰਕੇ ਤਾਂ ਰਾਜੀ ਨਹੀਂ। ਨਾਲੇ ਭਾਗ ਵਾਲੀਆਂ ਹੁੰਦੀਆਂ ਨੇ ਤੇਰੇ ਵਰਗੀਆਂ, ਜਿਹੜੀਆਂ ਨੌਕਰੀ ਕਰਦੀਆਂ ਨੇ, ਉਹਨਾਂ ਨੂੰ ਤਾਂ ਉਈ ਨਹੀਂ ਗੱਲ ਕਰਨ ਦਾ ਮੌਕਾ ਮਿਲਦਾ ਕਿਸੇ ਨਾਲ। ਤੇਰਾ ਸੁਭਾਅ ਕਿੱਡਾ ਚੰਗਾ, ਤੂੰ ਸਾਰੇ ਨਾਲ ਜੀ ਜੀ ਕਰਕੇ ਗੱਲ ਕਰਦੀ ਹੈ। ਨਾਲੇ ਪੁੱਤ ਇੰਨੇ ਮਿੱਠੇ ਸੁਭਾਅ ਵਾਲੀਆਂ ਕਿੱਥੇ ਧਰੀਆਂ ਪਈਆਂ ਨੇ, ਉਹ ਵੀ ਅੱਜ ਕੱਲ੍ਹ ਦੇ ਜ਼ਮਾਨੇ 'ਚ। ਸੱਚੀ ਗੱਲ ਹੈ ਭਾਈ, ਆਹ ਜਿਹੜੀ ਮੇਰੀ ਨਣਦ ਹੈ ਨਾ, ਤੇਰੀ ਕਦਰ ਭੋਰਾ ਨਹੀਂ ਕਰਦੀ। ਮੈਨੂੰ ਸਮਝ ਨਹੀਂ ਆ ਰਹੀ ਮਾਮੀ ਜੀ, ਕਹਿਣਾ ਕੀ ਚਾਹੁੰਦੇ? ਹਾਂ ਹਾਂ ਪੁੱਤ, ਮੈਂ ਐਂ ਕਹਿੰਦੀ ਸੀ ਵੀ ਆਪਦੀ ਮੰਮੀ ਦਾ ਖਿਆਲ ਰੱਖਿਆ ਕਰ, ਹੈਂ? ਅੱਛਾ, ਹਾਂ। ਮੈਨੂੰ ਥੋੜ੍ਹਾ ਜਿਹਾ ਨਾ ਤਾਂ ਉੱਚਾ ਸੁਣੇ, ਅੱਛਾ, ਨਾ ਹੀ ਮੈਨੂੰ ਘੱਟ ਦਿਖੇ, ਨਾ ਤੂੰ ਗੱਲਾਂ ਕਿਹੜੀਆਂ ਕਰਦੀਆਂ ਨੇ, ਮੇਰੇ ਸਾਹਮਣੇ ਮੇਰੀ, ਇਹਦੇ ਸਾਹਮਣੇ ਇਹਦੀ,
ਤੂੰ ਥਾਲੀ ਦਾ ਬੈਂਗਣ ਬਣੀ ਪਈ ਆ, ਉਧਰ ਰੁੜ ਗਈ ਉਧਰ ਰੁੜ ਗਈ, ਮਾੜੀ ਮੋਟੀ ਸੰਗ ਸ਼ਰਮ ਆਉਂਦੀ ਆ ਤੈਨੂੰ? ਮਾਂ ਐਵੇਂ ਨਾ ਬੋਲੋ ਉੱਚੀ। ਚੱਲ ਚੱਲ ਨਹੀਂ ਦੇਖੀ ਹੋਈ ਆ ਮਾਂ ਦੀ ਲੱਗਦੀ, ਤੂੰ ਇੱਥੇ ਕਰਦੇ ਚੱਲ ਤੇਰਾ। ਕੋਈ ਨਾ, ਤੈਨੂੰ ਕਿਹਨੇ ਕਿਹਾ ਇਹਦੇ ਕੋਲੇ ਖੜਨ ਨੂੰ? ਭਰਜਾਈ ਇਹ ਮੇਰੀ ਹੈ, ਤੇਰੀ ਨਹੀਂ। ਹੁਣ ਬਾਹਰ ਕਿਵੇਂ ਕੱਢਦੀ ਘਰ ਆਏ ਬੰਦੇ ਨੂੰ ਦੱਸੋ? ਮੈਂ ਤੈਨੂੰ ਬਾਹਰ ਕੱਢਣ ਨੂੰ ਨਹੀਂ ਕਿਹਾ, ਮੈਂ ਹੈਗੀ ਬਾਹਰ ਕੱਢਣ ਵਾਲੀ। ਮੈਂ ਤੈਨੂੰ ਐਂ ਕਹਿੰਦੇ ਵੀ ਤੂੰ ਇੱਥੇ ਕੀ ਕਰਨਾ ਹੀ ਹੈ? ਮੈਂ ਤਾਂ ਬੇਬੇ ਬਾਲਟੀ ਧੋਂਦੀ ਸੀ, ਦੱਸੋ ਮੇਰਾ ਕੀ ਕਸੂਰ ਆ? ਨਾ ਅੱਗੇ ਰੋਜ਼ ਤੂੰ ਹੀ ਬਾਲਟੀਆਂ ਧੋਣੀ ਹੈ, ਔਰ ਰੋਟੀਆਂ ਤਾਂ ਤੈਥੋਂ ਪੱਕਦੀਆਂ ਨਹੀਂ ਹੈਗੀਆਂ। ਸਵੇਰੇ ਰੋਟੀ ਬਣਾ ਕੇ ਤਾਂ ਰੱਖੀ ਆ ਮੈਂ। ਪੁੱਤ ਮੈਂ ਕੋਈ ਗੱਲ ਝੂਠ ਬੋਲੀ ਸੀ? ਸੱਚ ਹੈ ਨਾ? ਨਾਲੇ ਦੇਖ ਲੈ ਕਿਵੇਂ ਭੱਜ ਭੱਜ ਪੈਂਦੇ ਆ ਤੇਰੇ ਸਾਹਮਣੇ, ਮੈਂ ਕੋਈ ਗਲਤ ਕਿਹਾ ਕੁਛ? ਕੋਈ ਨਹੀਂ ਮਾਮੀ ਜੀ, ਮੈਂ ਤੈਨੂੰ ਜੋ ਗੱਲ ਕਹੀ ਸਮਝ ਆਈ ਹੈ ਕਿ ਨਾ? ਚੱਲ ਅੰਦਰ ਤੁਰ ਜਾ। ਨਾ ਤੂੰ ਨਹੀਂ, ਤੈਨੂੰ ਮਾੜੀ ਮੋਟੀ ਸੰਗ ਸ਼ਰਮ ਨਹੀਂ ਹੈਗੀ? ਮੇਰੇ ਨਾਲ ਤੇਰਾ ਕੀ ਰਿਸ਼ਤਾ ਹੈ? ਤੇਰੀ ਨਣਦਾ ਮੈਂ। ਉਹ ਨਣਦ ਦੀ ਨੂੰ ਤੂੰ ਚਮਚੀ ਬਣੀ ਫਿਰਦੀ ਆ ਉਹਦੀ? ਤੈਨੂੰ ਉਹ ਨੇੜੇ ਆ ਕਿ ਮੈਂ ਨੇੜੇ ਆ? ਨਹੀਂ ਤੂੰ ਕਿਉਂ ਭੁੱਲ ਜਾਂਦੀ ਹੈ ਪੁਰਾਣੇ ਵੇਲੇ ਯਾਦ ਕਰ, ਮੇਰੇ ਨਾਲ ਕੀ ਕੀ ਸਲੂਕ ਕਰਦੀ ਰਹੀ ਹੈ। ਅੱਛਾ ਹਾਂ, ਇਹਦਾ ਮਤਲਬ ਤੂੰ ਬਦਲਾ ਲੈਣ ਆਈ ਹੈ? ਮੇਰੀ ਸੁਣਦੀ ਆ ਗੱਲ? ਉਹ ਗੇੜਦੀ ਨਾ ਤੈਨੂੰ ਡੰਡੀ ਲੱਗ, ਮੇਰੇ ਘਰੇ ਮੁੜ ਕੇ ਪੈਰ ਨਾ ਪਾ ਦੀ। ਤੇਰੇ ਸੜੀ ਬੂਥੇ ਦੇ ਆਉਂਦਾ ਵੀ ਕੌਣ ਹੈ? ਇਹ ਤਾਂ ਮੇਰਾ ਪੁਰਾਣਾ ਹਿਸਾਬ ਕਿਤਾਬ ਹੈ, ਥੋੜ੍ਹਾ ਜਿਹਾ ਉਹ ਕਰਨਾ ਪੂਰਾ। ਨੀ ਕਿਹੜੇ ਹਿਸਾਬ ਕਿਤਾਬ ਕਹਿੰਦੀ ਹੈ, ਕੰਮ ਤੂੰ ਕੀ ਆਈ, ਕਰਦੀ ਕੀ ਫਿਰਦੀ ਹੈ? ਆਹਾਂ ਦੇ ਘਰ ਕਹਾਂ ਨਹੀਂ ਕਰਿਆ ਕਰਦੇ, ਜਿਹੜੀ ਕੰਮ ਆਈ ਹੈ ਨਾ ਉਹੀ ਕਰ। ਨਾਲੇ ਮੇਰੇ ਨਾਲ ਤਾਂ ਉੱਥੇ ਕੀ ਗੱਲਾਂ ਕਰਦੀ ਹੈ, ਅਤੇ ਇੱਥੇ ਆ ਕੇ ਕੀ ਗੱਲਾਂ ਕਰਨ ਲੱਗ ਗਈ ਤੂੰ? ਜਿਹੋ ਜੀ ਤੇਰੀ ਔਕਾਤ ਸੀ, ਗੱਲ ਵੀ ਉਹੀ ਜੀ ਸੀਗੀ। ਔਕਾਤ? ਹਾਂ ਨਹੀਂ, ਆਪਦੀ ਔਕਾਤ ਸਾਂਭ ਕੇ ਰੱਖ, ਨਾਲੇ ਮੇਰੇ ਘਰੇ ਖੜ ਕੇ ਮੈਨੂੰ ਔਕਾਤ ਸਿਖਾਉਣੀ ਆ ਤੂੰ? ਇਹ ਤਾਂ ਥੋੜ੍ਹੀ ਜਿਹੀ ਮੈਂ ਸ਼ਰਾਫਤ ਵਰਤ ਰਹੀ ਹਾਂ, ਮੈਂ ਹੌਲੀ ਬੋਲਦੀ ਹਾਂ ਵੀ ਬਹੂ ਸੁਣੂੰਗੀ, ਨਹੀਂ ਤਾਂ ਤੈਨੂੰ ਨਾ ਮੈਂ ਅਸੀਂ ਜੇ ਖੰਡ ਪਾਉਂਦੇ ਜਿਹੜੇ ਦਿਨਾਂ ਤੱਕ ਯਾਦ ਰੱਖੇਗੀ ਤੂੰ। ਮੈਂ ਤੈਨੂੰ ਔਕਾਤ ਕੀ ਸਿਖਾਉਣੀ ਹੈ? ਔਕਾਤ ਤਾਂ ਤੇਰੀ ਨੂੰਹ ਨੇ ਸਿਖਾਤੀ ਤੈਨੂੰ। ਬੜੀ ਧੁੰਮ ਪਈ ਪਈ ਆ ਥਾਪੜੇ ਦੀ। ਨਹੀਂ ਤੈਨੂੰ ਪਤਾ ਹੈ ਰਾਵਣ ਮਰਵਾਇਆ ਸੀ ਜਦੋਂ, ਆਪਦਿਆਂ ਨਹੀਂ ਮਰਵਾਇਆ ਸੀ, ਬਗਾਨੇ ਦੀ ਕਿਸੇ ਦੀ ਕੀ ਔਕਾਤ ਸੀ? ਇਹ ਤਾਂ ਜਦੋਂ ਨਾਲ ਜੰਮੇ ਧੋਖਾ ਕਰ ਜਾਣ ਨਾ ਉਦੋਂ ਮਾਰ ਖਾ ਗਈ ਮੈਂ। ਨਹੀਂ ਉਹਦੀ ਕੀ ਜ਼ਰੂਰਤ ਸੀ ਮੇਰੇ ਮੂਹਰੇ ਬੋਲ ਪੈਂਦੀ? ਨਾਲੇ ਨਾ ਹੁਣ ਜ਼ਿਆਦਾ ਮੇਰੇ ਮੂੰਹ ਜੇ ਨਾ ਲੱਗ, ਤੁਰ ਜਾ ਕਿ ਮੈਂ ਧੱਕੇ ਮਾਰ ਕੇ ਕੱਢਾਂ ਤੈਨੂੰ। ਨਾ ਨਾ ਇਹ ਤਾਂ ਲੋੜ ਨਹੀਂ ਧੱਕੇ ਮਾਰਨ ਦੀ, ਵਗ ਤਾਂ ਮੈਂ ਆਪੇ ਜਾਊਂ, ਤੇਰੇ ਖੜਦਾ ਵੀ ਕੌਣ ਹੈ ਘਰੇ? ਨਾਲੇ ਨੂੰਹ ਤੋਂ ਤਾਂ ਥੱਪੜ ਇੱਕ ਹੀ ਖਾਧਾ, ਅਤੇ ਜੇ ਮੈਂ ਪੁਰਾਣੀ ਕਿਤਾਬ ਖੋਲ੍ਹਤੀ ਤੇਰੀ ਨੂੰਹ ਕੋਲੇ ਸਾਰੇ ਟੱਬਰ ਤੋਂ ਝਾੜੂ ਪੈਣਗੇ। ਆ ਵੀ ਪੁੱਤੇ ਦੀ ਰੋਜ਼ ਹੀ ਖਿੱਲਰੀ ਰਹਿੰਦੀ ਹੈਗੀ, ਉੱਥੇ ਛੱਡ ਜਾਂਦੇ ਨੇ ਜਿੱਥੇ ਟੋਕਰਾ ਹੁੰਦਾ। ਤੁਸੀਂ ਆ ਕੀ ਕਰਨ ਲੱਗ ਗਏ? ਨਹੀਂ ਕਰਨਾ ਕੀ ਸੀ,
ਆ ਤੂੜੀ ਜੀ ਖਿੰਡੀ ਪਈ ਸੀ ਤੇਰਾ ਪਿਓ ਕੱਖ ਪਾ ਕੇ ਸੰਨੀ ਵਾਲੀ ਐਂ ਛੱਡ ਗਿਆ ਖਿਲਰੀ ਖਿਲਰਾਈ। ਬੇਬੇ ਤੁਸੀਂ ਮਾਮੀ ਨੂੰ ਐਂ ਕਿਉਂ ਭੇਜਤਾ? ਪੁੱਤ ਤੈਨੂੰ ਨਹੀਂ ਪਤਾ ਤੇਰੀ ਮਾਮੀ ਬਹੁਤ ਭੈੜੀ ਹੈ, ਇਹਨੂੰ ਤੂੰ ਨਹੀਂ ਜਾਣਦੀ ਮੈਂ ਜਾਣਦੀ ਹਾਂ। ਪੁੱਤ ਤੈਨੂੰ ਕੁਛ ਮੈਨੂੰ ਕੁਛ ਇਹ ਤਾਂ ਆਪਣੀ ਘਰ ਖਰਾਬ ਕਰ ਦੂਗੀ। ਅੱਛਾ ਹੁਣ ਜੇ ਮੈਥੋਂ ਪਹਿਲਾਂ ਗਲਤੀ ਹੋ ਗਈ ਹੁਣ ਇਹਦਾ ਮਤਲਬ ਇਹ ਤਾਂ ਨਹੀਂ ਵੀ ਮੈਂ ਗਲਤੀ ਤੇ ਗਲਤੀ ਹੀ ਕਰੀ ਜਾਵਾਂ, ਵਾਰ ਵਾਰ ਫੇਰ ਗਲਤੀਆਂ ਕਰਾਂ। ਕੋਈ ਨਾ ਬੇਬੇ ਮੈਂ ਤਾਂ ਤੁਹਾਨੂੰ ਕੁਛ ਕਹਿੰਦੀ ਨਹੀਂ। ਉਹ ਤਾਂ ਮੈਨੂੰ ਪਤਾ ਹੈ ਤੂੰ ਤਾਂ ਨਹੀਂ ਕਹਿੰਦੀ, ਪਰ ਮੈਨੂੰ ਤਾਂ ਪਛਤਾਵਾ ਹੈ ਨਾ ਆਪਦੀ ਗਲਤੀ 'ਤੇ। ਫਿਰ ਹੁਣ ਮੈਂ ਲੋਕਾਂ ਨੂੰ ਮੌਕਾ ਕਿਉਂ ਦੇਵਾਂ ਵੀ ਜਿਹੜੀ ਉਹੀ ਗੱਲ ਦੁਬਾਰਾ ਤਾਜ਼ੀ ਹੋਵੇ। ਹਾਂਜੀ ਬੇਬੇ ਇਹ ਤਾਂ ਤੁਸੀਂ ਸਹੀ ਕਹਿ ਰਹੇ ਹੋ, ਮੈਨੂੰ ਵੀ ਲੱਗਿਆ ਵੀ ਉਹ ਤੁਹਾਡੇ ਖਿਲਾਫ ਬੋਲ ਰਹੇ ਸੀ ਜਿਵੇਂ। ਪੁੱਤ ਇਹ ਤਾਂ ਆਦਤ ਹੀ ਹੁੰਦੀ ਹੈ ਲੋਕਾਂ ਦੀ, ਆ ਤੀਵੀਆਂ 'ਚ 365 ਚਲਿੱਤਰ ਹੁੰਦੇ ਨੇ ਉਹੀ ਥੋੜ੍ਹੇ ਕਹਿੰਦੇ ਨੇ, ਇਹ ਤਾਂ ਪਹਿਲੇ ਚਲਿੱਤਰ 'ਤੇ ਹੀ ਚੱਕਿਆ ਸੀ ਹਲੇ ਕੰਮ ਉਹਨੇ, ਜੇ ਦੂਜੇ ਚੱਕ ਲੈਂਦੀ ਫਿਰ ਪਤਾ ਨਹੀਂ ਕੀ ਕੁਛ ਹੁੰਦਾ, ਤਾਂ ਹੀ ਤਾਂ ਮੈਂ ਦਬਾ ਲਿੱਤੀ ਉਹ। ਅੱਛਾ ਅਤੇ ਬੀਬੀ ਮੈਂ ਇਹ ਕਹਿਣਾ ਸੀ ਤੁਹਾਨੂੰ ਮੈਂ ਘਰ ਜਾਇਆ ਵਾਂ। ਘਰ ਜਾਇਆ ਵਾਂ ਕੀ ਗੱਲ ਪੁੱਤ, ਤੇਰਾ ਜੀ ਨਹੀਂ ਲੱਗਦਾ? ਅਸੀਂ ਜੀ ਕੀ ਗੱਲ ਹੋ ਗਈ ਘਰ ਜਾਣ ਦਾ? ਨਹੀਂ ਬੇਬੇ ਦਿਲ ਤਾਂ ਲੱਗਦਾ ਪਰ ਮੈਨੂੰ ਇਹ ਸੀ ਮੈਂ 4 ਕੁ ਦਿਨ ਲਾ ਆਉਂਦੀ ਕਿਉਂਕਿ ਵੀਰਾ ਵੀ ਸਹੁਰੇ ਗਿਆ ਹੋਇਆ, ਭਾਬੀ ਨੂੰ ਉੱਥੇ ਕੋਈ ਕੰਮ ਸੀਗਾ, ਤੁਹਾਨੂੰ ਪਤਾ ਹੀ ਹੈ ਸਾਡੇ ਪ੍ਰੋਬਲਮ ਉੱਧਰ ਵੀ ਚੱਲ ਰਹੀ ਆ, ਤਾਂ ਕਰਕੇ ਮੈਨੂੰ ਇਹ ਸੀ ਮਾਂ ਇਕੱਲੀ ਆ ਘਰ ਤਾਂ ਮੈਂ 4 ਦਿਨ ਜਾਇਆ ਵਾਂ। ਤੈਂ ਸੁੱਖ ਨੂੰ ਪੁੱਛਿਆ ਸੀ? ਬੇਬੇ ਮੇਰਾ ਦਿਲ ਨਹੀਂ ਕਰਦਾ ਉਹਨਾਂ ਨੂੰ ਪੁੱਛਣੇ ਨੂੰ। ਹੈ ਕਮਲੀ ਦਿਲ ਕਿਉਂ ਨਹੀਂ ਕਰਦਾ? ਕੋਈ ਨਾ ਪੁੱਤ ਇੱਕ ਵਾਰੀ ਪੁੱਛ ਲਈ ਨਾ ਹੁੰਦਾ, ਨਾਲੇ ਕਹਿੰਦੇ ਹੁੰਦੇ ਨੇ ਤੀਵੀਂ ਤਾਂ ਬੰਦੇ ਦੇ ਪੈਰ ਦੀ ਜੁੱਤੀ ਹੁੰਦੀ ਆ, ਬੁਲਾਉਣਾ ਤਾਂ ਆਖਰਕਾਰ ਜਨਾਨੀ ਨੂੰ ਹੀ ਪੈਂਦਾ, ਕਿੰਨਾ ਕੁ ਚਿਰ ਗੁੱਸੇ ਰਹਿ ਲੂ। ਚੱਲ ਕੋਈ ਨਾ ਜੇ ਤੇਰਾ ਨਹੀਂ ਚਿੱਤ ਮੰਨਦਾ ਤੂੰ ਜਾਇਆ, ਊ ਤਾਂ ਦੇਖ ਰਹਿੰਦੀ ਉਰੇ ਮੈਂ ਵੀ ਇਕੱਲੀ ਹਾਂ, ਤੈਨੂੰ ਪਤਾ ਮਸਾਂ ਆਪਣੇ ਘਰ ਦਾ ਮਾਹੌਲ ਠੀਕ ਹੋਇਆ ਹੈ ਨਾ, ਮੈਂ ਤੈਨੂੰ ਤੋਰ ਕੇ ਰਾਜੀ ਨਹੀਂ, ਪਰ ਜੇ ਤੇਰਾ ਚਿੱਤ ਮੰਨਦਾ ਵੀ ਮੈਂ ਜਾਣਾ ਤਾਂ ਜਾਇਆ, ਕੋਈ ਗੱਲ ਨਹੀਂ। ਠੀਕ ਆ ਬੇਬੇ ਐਂ ਕਰੀ ਅੱਜ ਡਿਊਟੀ 'ਤੇ ਜਾਵੇਂਗੀ ਉੱਧਰ ਹੀ ਵਗ ਜੀ। ਠੀਕ ਆ ਚੰਗਾ ਜਾ ਹੋ ਜਾ ਤਿਆਰ ਫਿਰ। ਠੀਕ ਆ ਬੇਬੇ ਅਤੇ ਤੁਸੀਂ ਦੱਸ ਦਿਓ ਰੋਟੀ ਰੋਟੀ ਬਣਾ ਕੇ ਫਿਰ ਜਾਵਾਂਗੀ ਫਿਰ ਮੈਂ। ਹਾਂ ਰੋਟੀ ਬਣਾ ਦੀ ਅਤੇ ਚਾਹ ਚੂ ਮੈਂ ਆਪੇ ਕਰ ਲੂੰਗੀ, ਤੂੰ ਵਗ ਜਾ ਲੇਟ ਨਾ ਹੋਈ। ਠੀਕ ਹੈ ਬੇਬੇ। ਲੱਗਦਾ ਰੱਬ ਨੇ ਨੇੜੇ ਹੋ ਕੇ ਸੁਣ ਲਈ, ਜਿਹੜਾ ਕੰਮ ਮੈਂ ਕਰਨ ਨੂੰ ਕਹਿੰਦੀ ਸੀ ਉਹ ਤਾਂ ਆਪਦੇ ਆਪ ਹੀ ਹੋ ਗਿਆ। ਜੀਤਾ ਕਿਵੇਂ ਮਾਂ? ਮੈਂ ਤਾਂ ਠੀਕ ਹਾਂ ਪੁੱਤ। ਬੈਠ ਤੁਸੀਂ ਐਂ ਸਾਹ ਨਾ ਚੜਾਓ, ਡਿਊਟੀ ਤੋਂ ਹੀ ਆਈ ਹਾਂ। ਅੱਛਾ ਹਾਏ ਮੈਂ ਤਾਂ ਡਰ ਗਈ, ਮੈਂ ਕਿਹਾ ਮੇਰੀ ਧੀ ਇਕੱਲੀ ਕਾਹਤੋਂ ਆਈ ਹੈ, ਸੁੱਖ ਨਹੀਂ ਨਾਲ ਆਇਆ। ਗਰਮੀ ਬਹੁਤ ਆ। ਸੁੱਖ ਨੂੰ ਦੱਸ ਕੇ ਆਈ ਹੈ? ਹਾਂ ਮਾਂ ਦੱਸ ਕੇ ਆਈ ਹਾਂ। ਜੀਤਾ ਤੇਰੇ ਚਿਹਰੇ ਤੋਂ ਤਾਂ ਨਹੀਂ ਲੱਗਦਾ ਮੈਨੂੰ ਵੀ ਤੂੰ ਸੁੱਖ ਨੂੰ ਪੁੱਛ ਕੇ ਆਈ ਹੋਏਗੀ, ਅਤੇ ਨਾਲੇ ਉਹਨੇ ਤੈਨੂੰ ਇਕੱਲੀ ਨੂੰ ਕਿਵੇਂ ਭੇਜਤਾ? ਮਾਂ ਅੱਜ ਮੇਰਾ ਦਿਲ ਕਰਦਾ ਸੀ ਤੁਹਾਨੂੰ ਮਿਲਣ ਨੂੰ, ਫਿਰ ਮੈਂ ਸਿੱਧਾ ਹੀ ਆ ਗਈ, ਬੇਬੇ ਨੂੰ ਪੁੱਛ ਕੇ ਆਈ ਹਾਂ, ਵੈਸੇ ਮੈਂ ਬਾਪੂ ਜੀ ਨੂੰ ਵੀ ਪਤਾ ਹੀ ਆ। ਪੁੱਤ ਮੈਨੂੰ ਨਹੀਂ ਲੱਗਦਾ ਵੀ ਤੂੰ ਉਹਨਾਂ ਨੂੰ ਪੁੱਛ ਕੇ ਆਈ ਹੋਵੇਗੀ,
ਮੈਨੂੰ ਕੁਛ ਵੀ ਠੀਕ ਨਹੀਂ ਲੱਗਦਾ। ਮਾਂ ਮੈਂ ਪੁੱਛ ਕੇ ਆਈ ਹਾਂ, ਤੁਹਾਨੂੰ ਕਿਉਂ ਝੂਠ ਬੋਲੂੰਗੀ? ਜੀਤਾਂ ਮਸਾਂ ਦਾ ਪੁੱਤ ਸਾਰਾ ਕੁਛ ਪਹਿਲਾਂ ਵਾਲਾ ਠੀਕ ਹੋਇਆ ਸੀ, ਤੂੰ ਫਿਰ ਇਕੱਲੀ ਨੇ ਆਉਣ ਦੀ ਗਲਤੀ ਕਰਤੀ। ਕਿੱਥੇ ਠੀਕ ਹੋਇਆ ਮਾਂ? ਤੁਹਾਨੂੰ ਉਹੀ ਦਿਸਦੇ ਆ, ਤੁਹਾਨੂੰ ਮੈਂ ਕਿਉਂ ਨਹੀਂ ਦਿਸਦੀ ਮਾਂ? ਤੁਹਾਨੂੰ ਕੀ ਦੱਸਾਂ, ਮੇਰਾ ਸੁੱਖ ਨੂੰ ਬੁਲਾਉਣ ਨੂੰ ਵੀ ਦਿਲ ਨਹੀਂ ਕਰਦਾ ਹੁਣ, ਨਫ਼ਰਤ ਹੋ ਗਈ ਮੈਨੂੰ ਉਹਦੇ ਤੋਂ। ਨਾ ਧੀਏ, ਹਾਏ ਕਮਲੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ, ਮੈਨੂੰ ਗੱਲ ਤਾਂ ਦੱਸ ਵੀ ਗੱਲ ਕੀ ਹੋਈ ਹੈ। ਮਾਂ ਹਜੇ ਤੁਹਾਨੂੰ ਗੱਲ ਦਾ ਹੀ ਨਹੀਂ ਪਤਾ, ਇੰਨਾ ਕੁਛ ਤਾਂ ਹੋ ਗਿਆ, ਸਾਰਾ ਕੁਛ ਤਾਂ ਤੁਹਾਨੂੰ ਪਤਾ ਮਾਂ, ਉਹੀ ਗੱਲ ਕਰਕੇ ਬਸ ਮੇਰਾ ਚਿੱਤ ਹੀ ਨਹੀਂ ਮੰਨਦਾ। ਜਿਵੇਂ ਇਹ ਕਹਿੰਦੇ ਸੀ ਨਾ ਵੀ ਤੂੰ ਪਰਾਂ ਹੋ ਜਾ, ਮੇਰਾ ਦੇਖਣਾ ਨਹੀਂ ਚਾਹੁੰਦਾ, ਉਵੇਂ ਹਜੇ ਮੈਨੂੰ ਹੋ ਰਿਹਾ। ਧੀਏ ਮੈਂ ਤੈਨੂੰ ਕਿੰਨਾ ਸਮਝਾਇਆ ਵੀ ਤੂੰ ਪਿਛਲੀਆਂ ਗੱਲਾਂ ਨੂੰ ਭੁੱਲ ਜਾ, ਜੇ ਪਿਛਲੀਆਂ ਗੱਲਾਂ ਮਨ 'ਚ ਰੱਖੇਗੀ ਨਾ ਤਾਂ ਪੁੱਤ ਜ਼ਿੰਦਗੀ ਅੱਗੇ ਨਹੀਂ ਤੁਰਦੀ, ਇਹ ਤਾਂ ਭੁੱਲਣਾ ਹੀ ਪੈਂਦਾ ਹੁੰਦਾ, ਨਾਲੇ ਕੁੜੀਆਂ ਨੂੰ ਤਾਂ ਬਹੁਤ ਕੁਛ ਜਰਨਾ ਪੈਂਦਾ। ਮਾਂ ਮੈਥੋਂ ਹੁਣ ਨਹੀਂ ਸਹਿਣ ਹੁੰਦਾ, ਮੈਂ ਜਾਣਾ ਨਹੀਂ ਮਾਂ, ਮੈਨੂੰ ਇੱਥੇ ਰੱਖ ਲਾ, ਜੇ ਤੂੰ ਨਹੀਂ ਰੱਖਣਾ ਮੈਂ ਤਾਂ ਕੁਝ ਖਾ ਕੇ ਮਰ ਜੂ, ਪਰ ਮੈਂ ਉੱਥੇ ਨਹੀਂ ਜਾਣਾ। ਨਾ ਜੀਤਾ, ਇਹੋ ਜਿਹੀ ਗੱਲ ਨਾ ਕਹਿ ਪੁੱਤ, ਮੈਂ ਤੈਨੂੰ ਮਰਨ ਵਾਸਤੇ ਥੋੜ੍ਹੀ ਜੰਮਿਆ। ਧੀਏ ਧੀਆਂ ਨੂੰ ਤਾਂ ਰਾਜੇ ਰਾਣੀਆਂ ਵੀ ਨਹੀਂ ਰੱਖ ਸਕੇ, ਧੀਆਂ ਤਾਂ ਆਪਦੇ ਘਰ ਵੱਸਦੀਆਂ ਹੀ ਚੰਗੀਆਂ ਲੱਗਦੀਆਂ। ਮਾਂ ਮੈਂ ਤੈਨੂੰ ਕਿਵੇਂ ਦੱਸਾਂ, ਮੇਰਾ ਤਾਂ ਉੱਥੇ ਨਾ ਇੱਕ ਇੱਕ ਸੈਕਿੰਡ ਔਖਾ ਹੋਇਆ ਕੱਢਣਾ, ਮੈਨੂੰ ਤਾਂ ਹੁਣ ਮੇਰਾ ਆਪਣਾ ਆਦਮੀ ਹੀ ਚੰਗਾ ਨਹੀਂ ਲੱਗਦਾ। ਜਿਹੜਾ ਬੰਦਾ ਮੈਨੂੰ ਇਹ ਸਭ ਕੁਛ ਬੋਲ ਸਕਦਾ, ਉਹ ਦੁਬਾਰਾ ਵੀ ਕੁਛ ਕਰ ਸਕਦਾ ਵਾ। ਜੀਤਾਂ ਪੁੱਤ, ਕਿਉਂ ਤੂੰ ਆਪਦੇ ਦਿਲ 'ਤੇ ਇੰਨੀ ਗੱਲ ਲਾਈ ਬੈਠੀ ਹੈ? ਜਦੋਂ ਤੈਨੂੰ ਮੈਂ ਕਿਹਾ ਨਾ ਵੀ ਪੁੱਤ ਆਪਦਾ ਘਰ ਵਸਾ, ਭੁੱਲ ਜਾ ਉਹਨਾਂ ਗੱਲਾਂ ਨੂੰ, ਫਿਰ ਤੂੰ ਕਿਉਂ ਨਹੀਂ ਮੇਰੇ ਚੋਂ ਕੱਢਦੀ? ਮੈਥੋਂ ਨਹੀਂ ਭੁੱਲ ਹੁੰਦੀਆਂ ਮਾਂ, ਤੂੰ ਭੁਲਾ ਸਕਦੀ ਆ, ਮੈਂ ਨਹੀਂ। ਉਹਨਾਂ ਨੇ ਜੋ ਕੀਤੀ ਆ ਨਾ। ਜੀਤਾਂ ਇਹ ਕੋਈ ਗੁੱਡੇ ਗੁੱਡੀਆਂ ਦਾ ਖੇਡ ਨਹੀਂ ਪੁੱਤ, ਵੀ ਅੱਜ ਆਪਾਂ ਉੱਥੋਂ ਰਿਸ਼ਤਾ ਤੋੜ ਕੇ ਕਿਤੇ ਹੋਰ ਜੋੜ ਲਾਂਗੇ। ਮੈਂ ਤਾਂ ਕਿਤੇ ਨਹੀਂ ਕਰਾਉਣਾ ਮਾਂ, ਪਰ ਮੈਂ ਉੱਥੇ ਨਹੀਂ ਜਾਣਾ ਬਸ। ਜੀਤਾਂ ਕਿਉਂ ਮੈਨੂੰ ਤੜਫਾਉਣੀ ਹੈ ਪੁੱਤ? ਮਾਂ ਤੂੰ ਕਿਉਂ ਤੜਫਦੀ ਆ, ਮੈਂ ਤੈਨੂੰ ਕਿਹਾ ਨਹੀਂ ਜਾਣਾ ਉੱਥੇ। ਜਿਹਦੀ ਧੀ ਬਾਹਰ 'ਚ ਬੈਠ ਜੇ ਉਹ ਮੈਂ ਤੜਫੂਗੀ ਨਾ, ਤਾਂ ਹੋਰ ਕੀ ਕਰੂਗੀ? ਮਾਂ ਤੇਰੀ ਧੀ ਕਮਾਉਂਦੀ ਆ, ਅੱਗ ਲੱਗੇ ਇਹੋ ਜਿਹੀ ਕਮਾਈ ਨੂੰ, ਜਿਹੜੀ ਮੇਰੀ ਧੀ ਨੂੰ ਵਸਣੀ ਨਾ ਦੇਵੇ, ਮੈਂ ਕੀ ਕਰਨਾ ਤੇਰੀਆਂ ਕਮਾਈਆਂ ਤੋਂ? ਮੈਨੂੰ ਤਾਂ ਤੂੰ ਆਪਦੇ ਘਰ ਵੱਸਦੀ ਚੰਗੀ ਲੱਗਦੀ ਹੈ ਪੁੱਤ। ਮਾਂ ਜੇ ਤੈਨੂੰ ਮੈਂ ਹੱਸਦੀ ਚੰਗੀ ਲੱਗਦੀ ਹੈ ਨਾ, ਤਾਂ ਇਸ ਤੋਂ ਬਾਅਦ ਮੈਨੂੰ ਉੱਥੇ ਜਾਣ ਲਈ ਨਾ ਕਹੀਂ, ਨਹੀਂ ਤਾਂ ਮੇਰੀ ਮਰੀ ਦਾ ਮੂੰਹ ਦੇਖੇਗੀ। ਚੀਤਾ ਗੱਲ ਸਾਰੀ ਠੀਕ ਹੈ ਬਾਈ, ਮੈਂ ਸਮਝਦਾ ਵੀ ਮੈਨੂੰ ਗਲਤ ਫਹਿਮੀ ਹੋ ਗਈ ਸੀ, ਹੁਣ ਜਦੋਂ ਮੈਂ ਗਲਤੀ ਮੰਨ ਲਈ ਫਿਰ ਹੁਣ ਪਿੱਛੇ ਰਹਿ ਵੀ ਕੀ ਗਿਆ, ਹੁਣ ਤਾਂ ਜਾਣ ਜਾਣ ਕੇ ਪੈਰ ਖਿਚਾਈ ਜਾਂਦੀ ਹੈ ਬਿਨਾਂ ਗੱਲ ਤੋਂ। ਵੀਰੇ ਉਹ ਤਾਂ ਗੱਲ ਤੇਰੀ ਵੀ ਠੀਕ ਹੈ, ਚੱਲ ਕੋਈ ਗੱਲ ਨਹੀਂ, ਜਿੱਥੇ ਪਿਆਰ ਹੁੰਦਾ ਨਾ ਰਾਜੀ ਲੜਾਈ ਵੀ ਉੱਥੇ ਹੀ ਹੁੰਦੀ ਹੈ, ਅਤੇ ਇਹ ਪਿਆਰ ਪਰਮਾਤਮਾ ਬੜੀ ਮੁਸ਼ਕਲ ਨਾਲ ਦਿੰਦਾ ਆ, ਅਤੇ ਨਹੀਂ ਅੱਜ ਕੱਲ੍ਹ ਤਾਂ ਲੋਕਾਂ ਦੇ ਜਿਹੜੇ ਝੰਝਟ ਪਏ ਹੋਏ ਨਾ ਘਰਾਂ 'ਚ, ਉਹ ਵੀਰੇ ਮੈਨੂੰ ਹੀ ਪਤਾ, ਠੀਕ ਹੈ, ਵਿਆਹ ਨੂੰ ਹਜੇ 4 ਦਿਨ ਹੋਏ ਹੁੰਦੇ ਅਤੇ ਤਲਾਕ ਦੇ ਕਾਗਜ਼ ਪਹਿਲਾਂ ਤਿਆਰ ਹੋਏ ਪਏ ਹੁੰਦੇ ਆ। ਰਹੀ ਗੱਲ ਵੀਰੇ ਤੇਰੀ, ਤੇਰੀ ਗੱਲ ਮੈਂ ਵੱਡੀ ਕਰਦੀ ਹਾਂ ਵੀ ਤੂੰ ਮਾਫ਼ੀ ਮੰਗ ਲਈ, ਪਰ ਮੈਂ ਭਾਬੀ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਜਿਹਨੇ ਹੀਰ ਦੀ ਗੱਲ ਪਹਿਲਾਂ ਉੱਥੇ ਵੇਖੀ ਅਤੇ ਫਿਰ ਮੈਨੂੰ ਦੱਸੀ, ਪਰ ਪਰਮਾਤਮਾ ਨੇ ਨਾ ਮੇਰੀ ਡਿਊਟੀ ਐਡੀ ਦੂਰ ਲਾਤੀ, ਮੈਨੂੰ ਕੀ ਪਤਾ ਸੀਗਾ ਵੀ ਗੱਲ ਇੰਨੀ ਵੱਧ ਜਾਣੀ ਆ, ਅਤੇ ਜੇ ਮੈਨੂੰ ਇੰਨਾ ਪਤਾ ਹੁੰਦਾ ਗੱਲ ਐਡੀ ਵੱਧ ਜਾਣੀ ਆ ਅਤੇ ਮੈਂ ਇੱਕ ਦਿਨ ਲੇਟ ਵਗ ਜਾਂਦੀ, ਚਾਹੇ ਮੇਰੇ ਛਿੱਤਰ ਉੱਧਰੋਂ ਪੈ ਜਾਂਦੇ, ਪਰ ਮੈਂ ਇੱਧਰ ਇੰਨੀ ਲੜਾਈ ਨਹੀਂ ਪੈਣ ਦਿੰਦੀ ਸੀ। ਮੈਨੂੰ ਇਹੀ ਸਮਝਾ ਸਮਝਾ ਥੱਕ ਗਿਆ ਵੀ ਠੀਕ ਹੈ ਵੀ
ਮੈਂ ਮਾਂ ਦੇ ਪਿੱਛੇ ਲੱਗ ਗਿਆ। ਹੁਣ ਕਿਹੜਾ ਪੁੱਤ ਨਹੀਂ ਹੈਗਾ ਜਿਹੜਾ ਮਾਂ ਦੀ ਗੱਲ ਨਹੀਂ ਸੁਣੂਗਾ। ਠੀਕ ਹੈ, ਉਹ ਜਾਣੇ ਅਣਜਾਣੇ 'ਚ ਗਲਤੀ ਹੋ ਗਈ, ਹੁਣ ਗਲਤੀ ਮਾਫ਼ ਵੀ ਕਰੇ ਤਾਂ ਫਿਰ ਰੱਬ ਤੋਂ ਉੱਤੇ ਵਾਲੀਆਂ ਗੱਲਾਂ ਹੋ ਗਈਆਂ। ਚੱਲ ਕੋਈ ਗੱਲ ਨਹੀਂ, ਜੀਤਾ ਮੇਰੀ ਗੱਲ ਸੁਣ। ਸਭ ਤੋਂ ਪਹਿਲਾਂ ਤਾਂ ਮੈਂ ਤੇਰਾ ਧੰਨਵਾਦ ਕਰਦੀ ਹਾਂ ਕਿ ਤੂੰ ਆਪਣੇ ਘਰ ਦੀ ਕੰਧ ਘਰ ਦੇ ਵਿੱਚ ਸਿੱਟੀ। ਮੇਰੇ ਕਹਿਣ ਦਾ ਮਤਲਬ ਆ ਘਰ ਦੀ ਗੱਲ ਘਰੇ ਰੱਖੀ, ਮੈਨੂੰ ਬੁਲਾ ਕੇ ਦੱਸੀ। ਅੱਜ ਇਹ ਕਿਤੇ ਤੂੰ ਮੈਨੂੰ ਗੱਲ ਨਾ ਦੱਸਦੀ ਅਤੇ ਮੈਨੂੰ ਗੱਲ ਵੀਰੇ ਤੀਜੇ ਬੰਦੇ ਤੋਂ ਪਤਾ ਲੱਗਦੀ ਨਾ ਅਤੇ ਇਹਦੇ ਵਿੱਚ ਮੇਰਾ ਮਰਨ ਹੋ ਜਾਣਾ ਸੀ। ਲੋਕਾਂ ਨੇ ਕਹਿਣਾ ਸੀ ਵੱਡੀ ਨੌਕਰੀ ਵਾਲੀ ਬਣੀ ਫਿਰਦੀ ਆ, ਆਪਦੀ ਭੈਣ ਸਾਂਭੀ ਨਹੀਂ ਜਾਂਦੀ। ਪਰ ਇੱਕ ਗੱਲ ਮੈਂ ਤੈਨੂੰ ਜੀਤਾਂ ਦੱਸਾਂ, ਹੁਣ ਸਾਰੀ ਗੱਲ ਨਿਬੜ ਗਈ ਹੈ। ਤੇਰਾ ਬਹੁਤ ਧੰਨਵਾਦ ਹੈ, ਰੱਬ ਦਾ ਵਾਸਤਾ, ਮੇਰਾ ਭਰਾ ਤੇਰੇ ਤੋਂ ਮਾਫ਼ੀ ਮੰਗੀ ਜਾਂਦਾ। ਕੋਈ ਗੱਲ ਨਹੀਂ, ਘਰ ਦੇ ਵਿੱਚ ਲੜਾਈ ਕਿਹਦੇ ਨਹੀਂ ਹੁੰਦੀ, ਸਭ ਦੇ ਹੋ ਜਾਂਦੀ ਆ। ਜੇ ਕਹੀਏ ਕਨਫਿਊਜ਼ਨ ਤਾਂ ਕਨਫਿਊਜ਼ਨ ਵੀ ਹੋ ਜਾਂਦੀ ਹੈ, ਗਲਤ ਫਹਿਮੀ ਵੀ ਹੋ ਜਾਂਦੀ ਹੈ। ਪਰ ਇੱਕ ਗੱਲ ਦੱਸਾਂ, ਕਿਸੇ ਨਾ ਕਿਸੇ ਗੱਲ 'ਤੇ ਵੀਰਾ ਵੀ ਗਲਤ ਨਹੀਂ ਹੈਗਾ। ਜਿਹੜੀਆਂ ਮਾਵਾਂ ਹੁੰਦੀਆਂ ਨਾ, ਉਹਨਾਂ ਸਾਹਮਣੇ ਕਦੇ ਝੁਕਣਾ ਵੀ ਪੈ ਜਾਂਦਾ ਅਤੇ ਫਿਰ ਕੀ ਹੋ ਗਿਆ ਜੇ ਵੀਰਾ ਬਾਈ ਮਾਮੀ ਦੇ ਮਗਰ ਲਾ ਕੇ ਕੋਈ ਚਾਰ ਗੱਲਾਂ ਬੋਲ ਵੀ ਗਿਆ, ਹੈ ਨਾ? ਤਾਂ ਇਹਦਾ ਮਤਲਬ ਇਹ ਥੋੜ੍ਹੀ ਹੈ ਵੀ ਆਪਾਂ ਗੁੱਸੇ ਨੂੰ ਇੰਨਾ ਵੱਡਾ ਕਰ ਦਿਆਂਗੇ। ਦੀਦੀ ਮੈਂ ਤੁਹਾਡੀ ਸਾਰੀ ਗੱਲ ਸਮਝਦੀ ਹਾਂ ਅਤੇ ਮੈਂ ਸਹਿਮਤ ਵੀ ਹਾਂ ਤੁਹਾਡੇ ਨਾਲ, ਪਰ ਗੱਲ ਇਹ ਇਹਨਾਂ 'ਤੇ ਇਹ ਆ ਕਿ ਜਦ ਮੈਂ ਇਹ ਜਦੋਂ ਗੱਲ ਹੋ ਗਈ ਸੀ, ਠੀਕ ਆ, ਕਲੇਸ਼ ਵੀ ਪੈ ਗਿਆ ਸੀ, ਬੇਬੇ ਨੇ ਵੀ ਕਹਿਤਾ, ਇਹਨਾਂ ਨੂੰ ਮੈਂ ਇੰਨਾ ਸਮਝਾਇਆ ਵੀ ਤੁਸੀਂ ਦੀਦੀ ਨਾਲ ਗੱਲ ਕਰੋ ਜਾਂ ਮੇਰੀ ਤਾਂ ਸੁਣੋ ਇੱਕ ਵਾਰੀ। ਇਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਹੈਗੀ। ਮੈਨੂੰ ਹਰ ਵਾਰੀ ਇਹੀ ਕਹਿੰਦੇ ਸੀਗੇ ਕਿ ਤੂੰ ਨਹੀਂ ਮੈਨੂੰ ਦੇਖਣੀ ਚਾਹੀਦੀ, ਪਰ ਹੁਣ ਮੇਰਾ ਵੀ ਗੁੱਸਾ ਜਾਏ ਜਾ। ਤੁਸੀਂ ਮੇਰੀ ਜਗ੍ਹਾ 'ਤੇ ਹੁੰਦੇ ਤਾਂ ਤੁਸੀਂ ਵੀ ਇਹੀ ਕਰਦੇ ਜੋ ਮੈਂ ਕਰਦੀ ਹਾਂ। ਸੁੱਖ ਵੀਰੇ, ਗੱਲ ਭਾਬੀ ਵੀ ਸਹੀ ਕਹਿੰਦੀ ਆ। ਆ ਜਦੋਂ ਆਪਾਂ ਪਰਮਾਤਮਾ ਦੇ ਦਰਬਾਰ 'ਚ ਜਾ ਕੇ ਚਾਰ ਲਾਵਾਂ ਲੈਂਦੇ ਹਾਂ ਨਾ, ਤਾਂ ਉੱਥੇ ਆਪਾਂ ਵਚਨ ਵੀ ਦਿੰਦੇ ਹਾਂ ਕਿ ਆਪਾਂ ਸੱਤਾ ਜਨਮਾਂ ਲਈ ਰਿਸ਼ਤਾ ਨਿਭਾਵਾਂਗੇ, ਦੁੱਖ ਸੁੱਖ ਦੇ ਵਿੱਚ ਖੜ੍ਹੇ ਹੋਵਾਂਗੇ। ਚੱਲ ਜੇ ਮੇਰੀ ਗੱਲ ਸੁਣ, ਘਰ ਦੇ ਵਿੱਚ ਗੱਲ ਹੋ ਵੀ ਗਈ ਸੀਗੀ ਤਾਂ ਇੰਨੀ ਗੱਲ ਤਾਂ ਤੈਨੂੰ ਵੀ ਵਧਾਉਣ ਦੀ ਲੋੜ ਨਹੀਂ ਨਾ। ਤੂੰ ਇਹਦੀ ਇੱਕ ਮਿੰਟ ਗੱਲ ਸਮਝ ਤਾਂ ਸਹੀ ਨਾ, ਸੁੱਖ ਬਸ ਕਰ। ਸਾਰੀ ਗੱਲ ਮੈਂ ਕਹਿਤੀ, ਮੈਂ ਤੋਂ ਮਾਫ਼ੀ ਮੰਗ ਲਈ, ਸਾਰੇ ਜਾਣੇ ਦੇ ਵਿੱਚ ਮੰਗ ਲਈ, ਹੋਰ ਹੁਣ ਮੈਂ ਕੀ ਕਰਦਾ ਇਹਦੇ ਲਈ ਦੱਸ। ਦੀਦੀ ਮੈਂ ਤੁਹਾਨੂੰ ਸੱਚੀ ਦੱਸਾਂ, ਜਿੰਨਾ ਕੁਛ ਹੋ ਚੁੱਕਿਆ ਨਾ, ਮੇਰਾ ਹੁਣ ਇਹਨਾਂ ਨਾਲ ਰਹਿਣ ਨੂੰ ਵੀ ਦਿਲ ਨਹੀਂ ਕਰਦਾ। ਓਹੋ, ਐਡੀ ਗੱਡੀ ਵੱਡੀ ਗੱਲ ਆ, ਦੇਖ ਲੈ ਇਹ ਕਿਹੜੀਆਂ ਗੱਲਾਂ ਨੇ, ਗੱਲਾਂ ਕਰਨ ਵਾਲੀਆਂ ਨੇ ਇਹ ਜਿਹੜੀਆਂ ਕਰਦੀ ਆ ਇਹ ਯਾਰ। ਕੋਈ ਗੱਲ ਨਹੀਂ, ਠੰਡਾ ਹੋ ਜਾ ਭਾਬੀ। ਇਹਦਾ ਮਤਲਬ ਤਾਂ ਮੇਰੀ ਗਲਤੀ ਆ ਨਾ ਕਿ ਮੈਂ ਜਾ ਕੇ ਹੀਰ ਨੂੰ ਪੁੱਛਿਆ। ਆ ਹੀਰ ਵੀ ਇਹੋ ਜਿਹੀ ਨਿਆਣੀ ਹੈ, ਉਹ ਤੈਨੂੰ ਪਤਾ ਤਾਜ਼ਾ ਤਾਜ਼ਾ ਖੂਨ ਹੈ, ਉੱਬੜਦਾ ਬਹੁਤ ਛੇਤੀ ਆ, ਵਾਲਾ ਬਹੁਤ ਛੇਤੀ ਮਾਰਦਾ, ਚਾਹੇ ਫਿਰ ਉਹ ਕੁੜੀ ਹੋਵੇ ਚਾਹੇ ਮੁੰਡਾ ਹੋਵੇ। ਸਿਆਣੇ ਤਾਂ ਹੀ ਤਾਂ ਕਹਿੰਦੇ ਨੇ ਵੀ ਜਿਹੜਾ ਇਹ ਉਮਰ ਦੇ ਵਿੱਚ ਸੰਭਲ ਗਿਆ ਸੰਭਲ ਗਿਆ ਅਤੇ ਜਿਹੜਾ ਹੱਥੋਂ ਨਿਕਲ ਗਿਆ ਨਿਕਲ ਗਿਆ। ਪਰ ਰੌਲਾ ਪੁੱਤ ਮੈਂ ਇਸ ਗੱਲ ਕਰਕੇ ਤੈਨੂੰ ਸਮਝਾਉਂਦੀ ਹਾਂ, ਰੱਬ ਦਾ ਵਾਅ ਤਾਂ ਕੋਈ ਗੱਲ ਨਹੀਂ, ਆਪਦੇ ਘਰ ਦੀ ਲੜਾਈ ਹੈ, ਇਹ ਤਾਂ ਹੁੰਦੀ ਰਹਿੰਦੀ ਆ, ਇਹਨੂੰ ਮਿਟਾ ਦਿਓ ਹੁਣ, ਕਿੰਨਾ ਕੁ ਟਾਈਮ ਗੁੱਸਾ ਰੱਖੋਗੇ। ਮੈਂ ਸਮਝਦੀ ਹਾਂ ਦੀਦੀ, ਲੋਕਾਂ ਦਾ ਕੰਮ ਹੁੰਦਾ ਅੱਗ ਲਾਉਣਾ, ਠੀਕ ਹੈ, ਅਤੇ ਆਪਦੇ ਜਿਹੜਾ ਫੈਮਿਲੀ ਮੈਂਬਰ ਹੁੰਦਾ, ਹੁਣ ਇਹਨਾਂ ਨੇ ਮੇਰੇ ਨਾਲ ਵਿਆਹ ਕਰਾਇਆ, ਇਹਨਾਂ ਦਾ ਫਰਜ਼ ਸੀਗਾ ਇੱਕ ਵਾਰੀ ਮੈਨੂੰ ਪੁੱਛਣਾ ਵੀ ਅਸਲ 'ਚ ਗੱਲ ਕੀ ਆ। ਪਰ ਇਹ ਭੜਕੇ ਹੋਏ ਸੀ, ਹੁਣ ਗੱਲ ਹੋ ਗਈ, ਹਵਾ ਗਈ ਯਾਰ, ਹੁਣ ਨਿਬੜ ਗਈ ਗੱਲ, ਕਿਉਂ ਤੂੰ ਐਵੇਂ ਗੱਲ ਨੂੰ ਵਧਾਈ ਜਾਂਦੀ ਹੈ ਬਿਨਾਂ ਗੱਲੋਂ। ਚੁੱਪ ਕਰ ਜੀਤਾ, ਬਸ ਕਰ ਭਾਬੀ, ਮੈਨੂੰ ਵੀ ਇਹ ਚੀਜ਼ ਦਾ ਹੁਣ ਤਾਂ ਫੀਲ ਹੋਣ ਲੱਗ ਗਿਆ ਵੀ ਮੈਂ ਬੱਬੂ ਤੂੰ ਰਹਿਣ ਦੇ ਕਿਉਂ ਉਹਦੀਆਂ ਮਿੰਤਾਂ ਕਰੀ ਜਾਂਦੀ ਹੈ, ਜਦੋਂ ਮੇਰੀ ਕਹੇ ਤੇ ਨਹੀਂ ਸਮਝਦੀ ਫਿਰ ਤੇਰੇ ਕਹੇ ਤੇ ਕੀ ਸਮਝੂਗੀ। ਜਦੋਂ ਇਹਨਾਂ ਨੂੰ ਹਜੇ ਵੀ ਫੀਲ ਨਹੀਂ ਹੁੰਦਾ ਤਾਂ ਠੀਕ ਆ, ਉਹ ਜੀਤਾ ਰਹਿਣਾ ਮੈਂ ਵੀ ਤੁਹਾਡੇ ਨਾਲ ਨਹੀਂ ਚਾਹੁੰਦੀ ਸਭ ਤਾਂ ਠੀਕ ਹੈ ਫਿਰ ਨਹੀਂ ਰਹਿਣਾ ਤਾਂ ਨਹੀਂ ਰਹਿਣਾ ਚਾਹੁੰਦੀ ਜਦੋਂ ਮੈਂ। ਚੁੱਪ ਕਰ ਜਾ, ਮੈਂ ਉੱਚੀ ਬੋਲਦੀ ਚੰਗੀ ਨਹੀਂ ਲੱਗਦੀ, ਤੁਸੀਂ ਮੇਰੇ ਪਰਿਵਾਰ ਦੇ ਮੈਂਬਰ ਹੋ, ਕੋਈ ਹੋਰ ਹੁੰਦਾ ਜੇ ਪਰਿਵਾਰ ਦੀ ਹੈ ਨਾ ਦੀਦੀ ਤਾਂ ਬਸ ਫਿਰ ਤੁਸੀਂ ਅੱਜ ਤੋਂ ਬਾਅਦ ਇਹ ਨਹੀਂ ਕਹੋਗੇ ਕਿ ਮੈਂ ਇਹਨਾਂ ਦੇ ਨਾਲ ਕੋਈ ਰੱਖਾਂ ਹੁਣ ਕੁਛ ਵੀ ਤਾਲੁਕ। ਜੀਤਾ ਇਦਾਂ ਨਹੀਂ ਕਰੀਦਾ ਹੁੰਦਾ, ਘਰ 'ਚ ਕਿਹਦੇ ਨਹੀਂ ਲੜਾਈਆਂ ਹੁੰਦੀਆਂ ਕਮਲੀਏ, ਕਹਿੰਦੇ ਬੱਬੂ ਰਹਿਣ ਦੇ ਕਿਉਂ ਉਹਦੇ ਮਿੰਤਾਂ ਤਰਲੇ ਕਰੀ ਜਾਂਦੇ, ਉਹਨੂੰ ਮੇਰੀ ਨਹੀਂ ਸਮਝ, ਤੂੰ ਉਹਨੂੰ ਨਹੀਂ ਸਮਝ ਆ ਕਿ ਤੂੰ ਛੱਡ ਪਰੇ, ਤੂੰ ਰਹਿਣ ਦੇ ਬਸ।